ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਜੀ। ਮੈਂ ਸਵਰਨ ਸਿੰਘ ਦਾਨੇਲੀਆ ਤੁਹਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਲਾਈਵ ਜੁੜਿਆ ਹੋਇਆ। ਅੱਜ ਤਰੀਕ ਹੈ ਜੀ 24 ਅਪ੍ਰੈਲ, ਦਿਨ ਹੈ ਮੰਗਲਵਾਰ ਅਤੇ ਪੰਜਾਬ ਦੀਆਂ ਸੂਈਆਂ 'ਤੇ ਸਮਾਂ 6:30 ਦਾ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਜਗਜੀਤ ਸਿੰਘ ਲੰਡਨ ਵੱਲੋਂ ਅਤੇ ਤ੍ਰਿਪਤੀਪਾਲ ਸਿੰਘ ਹੋਰੀ ਸਟਾਕਟਨ ਤੋਂ। ਇਸ ਪ੍ਰੋਗਰਾਮ ਦੇ ਮੇਨ ਸਪੋਂਸਰ ਨੇ ਜੀ ਟੀ ਏ ਮੰਡੇਰਾ, ਰੀਫਰੈਸ਼ ਟਰੈਵਲ ਪਲਾਜ਼ਾ, ਜਿਨ੍ਹਾਂ ਦਾ ਜਿਹੜੀ ਲੋਕੇਸ਼ਨ ਹੈ ਜੀ ਹਾਈਵੇ 99 ਐਗਜ਼ਿਟ 144 ਐਵੀਨਿਊ 7 ਫਰਿਜ਼ਨੋ ਅਤੇ ਮੰਡੇਰਾ ਦੇ ਐਨ ਦਰਮਿਆਨ, 25 ਏਕੜ ਦੀ ਖੁੱਲ੍ਹੀ ਪਾਰਕਿੰਗ। ਇਸ ਤੋਂ ਇਲਾਵਾ ਫੂਡ ਕੋਰਟ ਹੈ ਜਿੱਥੇ ਪੰਜਾਬੀ ਢਾਬਾ ਹੈ, ਤੁਸੀਂ ਟਰੱਕਰ ਵੀ ਟਿਫਨ ਵੀ ਪੈਕ ਕਰਾ ਸਕਦੇ ਹੋ। ਹੋਰ ਕੀ ਖਾਸ ਸਪੈਸ਼ਲ ਹੈ ਜੀ ਟਰੱਕਰ ਵੀਰਾਂ ਲਈ, ਕੀ ਰਿਬੇਟ ਹੈ? ਰਵੀ ਗਰੇਵਾਲ ਜਾਂ ਸਚਿਨ ਮਲਿਕ ਨੂੰ 5599904627 'ਤੇ ਕਾਲ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ। ਸੈਟਲ ਦੀ ਸਭ ਤੋਂ ਟਰੱਸਟਿਡ ਟਰੱਕਿੰਗ ਕੰਪਨੀ ਵਾਸ਼ਿੰਗਟਨ ਫਰੇਟ ਸਰਵਿਸ, ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ। ਤੁਸੀਂ ਜਗਦੇਵ ਸੰਧੂ ਹੋਰਾਂ ਨੂੰ 2532666924 'ਤੇ ਕਾਲ ਕਰ ਲਓ, ਜਾਂ ਫਿਰ ਗੁਰਵਿੰਦਰ ਧਾਲੀਵਾਲ ਨੂੰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਫੋਨ ਨੰਬਰ ਹੈ ਜੀ 206-354-4060। ਕਿਸੇ ਤਰ੍ਹਾਂ ਦੇ ਅਕਾਊਂਟਸ ਜਾਂ ਹਿਸਾਬ ਕਿਤਾਬ ਜਾਂ ਟੈਕਸਿਸ ਭਰਨੇ ਨੇ, ਰਿਟਰਨਾਂ ਫਾਈਲ ਕਰਨੀ ਹੈ, ਬਿਜ਼ਨਸ ਅਕਾਊਂਟ ਹੈ, ਟੈਕਸਿਸ ਹੈ, ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਨੂੰ ਕੈਂਟ ਵਾਸ਼ਿੰਗਟਨ ਦੇ ਵਿੱਚ 2535205206 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਅਮਰੀਕਾ ਦੇ ਸਭ ਤੋਂ ਟਰੱਸਟਡ ਅਤੇ ਮਸ਼ਹੂਰ ਲਾਅ ਫਰਮ ਦੇ ਸੀਨੀਅਰ ਅਟਾਰਨੀ ਐਮੀ ਗੱਲ ਹੋ ਰਹੀ, ਸਾਰੇ ਅਮਰੀਕਾ ਹੀ ਤੁਹਾਨੂੰ ਸੇਵਾਵਾਂ ਦਿੰਦੇ ਨੇ। ਅਸਾਈਲਮ ਦੇ ਕੇਸ ਬੜੇ ਬਾਖੂਬੀ ਲੜਦੇ ਨੇ, ਹਜ਼ਾਰਾਂ ਸਿੱਖਾਂ ਨੂੰ ਪੱਕਾ ਕਰਵਾ ਚੁੱਕੇ ਨੇ। 212-619-2869 ਦੇ ਉੱਤੇ ਨਿਊਯਾਰਕ ਦੇ ਸਮੇਂ ਮੁਤਾਬਕ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਦੇ ਨਾਲ 718-612-1188 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਤੁਹਾਡਾ ਅਮਰੀਕਾ ਦੇ ਬਾਹਰ ਕਿਤੇ ਵੀ ਤੁਹਾਡਾ ਕੋਈ ਬਿਜ਼ਨਸ ਹੈ ਅਤੇ ਸਮੇਤ ਪਰਿਵਾਰ ਤੁਸੀਂ ਅਮਰੀਕਾ ਸੈਟਲ ਹੋਣਾ ਚਾਹੁੰਦੇ ਹੋ, ਰਾਜਵੀਰ ਸਿੰਘ ਹੋਰਾਂ ਨੂੰ ਇੱਕ ਟੈਕਸਟ ਮੈਸੇਜ ਛੱਡ ਦਿਓ ਅਤੇ ਤੁਹਾਨੂੰ ਕਾਲ ਬੈਕ ਕਰਨਗੇ। ਅਤੇ ਮੇਰੇ ਨਾਲ ਹੁਣ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ ਜੀ ਫੋਨ ਲਾਈਨ 'ਤੇ। ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ। ਬਿਲਕੁਲ ਜੀ, ਮੇਰੇ ਵੱਲੋਂ ਵੀ ਆਪ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਗੱਲ ਕਰੀਏ ਸਲਵਾਰ ਵਾਲੇ ਬਾਬੇ ਦੀ, ਕਿਉਂਕਿ ਪਹਿਲਾਂ ਤਾਂ ਗੋਡੇ ਗਾਡੇ ਇਕੱਠੇ ਕਰਦਾ ਹੁੰਦਾ ਸੀ, ਉਹ ਤਾਂ ਇਹਨੇ ਬਦਲਾਲੇ ਬਾਹਰ ਜਾ ਕੇ, ਕਹਿੰਦੇ ਜਿਵੇਂ ਮਸ਼ਹੂਰੀਆਂ ਦਿੰਦਾ ਸੀ ਅਖਬਾਰਾਂ 'ਚ ਉਵੇਂ ਇਸ਼ਤਿਹਾਰਾਂ ਦੇ ਵਿੱਚ ਹੁਣ ਮਾਫੀਆਂ ਦੇ ਰਿਹਾ। ਬਿਲਕੁਲ ਜੀ, ਇਹ ਮਾਮਲਾ 2021 ਦਾ ਵਾ ਜੀ। 2021 ਚ ਜਦੋਂ ਇਹਨੇ ਕਿਹਾ ਸੀ ਨਾ ਵੀ ਮੇਰੇ ਕੋਲ ਦਵਾਈ ਜਿਹੜੀ ਕੋਰੋਨਾ ਕਰਨਾ ਕੋਈ ਨੀ, ਮੇਰੇ ਕੋਲ ਸਾਰੇ ਇਲਾਜ ਉਹਦੇ ਹੈਗੇ, ਉਸ ਚੀਜ਼ ਨੂੰ ਲੈ ਕੇ ਬਕਾਇਦਾ ਤੌਰ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਸੀ ਇਹ ਕੋਰਟ ਚਲੀ ਗਈ ਸੀ ਸੁਪਰੀਮ ਕੋਰਟ, 12 ਅਗਸਤ 2022 ਦੀ ਗੱਲ ਹੈ। ਉਦੋਂ ਦਾ ਇਹ ਕੇਸ ਚੱਲਦਾ ਸੀਗਾ ਤੇ ਇਹਨੂੰ ਕਿਹਾ ਗਿਆ ਸੀ ਵੀ ਦੱਸ ਤੇਰੇ ਕੋਲ ਵਿਖਾ ਕਿਹੜਾ ਫਾਰਮੂਲਾ, ਤੂੰ ਕਹਿੰਦਾ ਸੀ ਮੇਰੇ ਕੋਲ ਕੋਰੋਨਾ ਦੀ ਦਵਾਈ ਹੈਗੀ ਆ, ਐਲੋਪੈਥੀ ਛੱਡ ਦੋ ਤੇ ਇਹ ਦਵਾਈ ਖਾਓ, ਉਹ ਤੇਰੇ ਕੋਲ ਹੈ ਕੀ ਆ, ਤੂੰ ਐਲੋਪੈਥੀ ਨੂੰ ਡੀਗ੍ਰੇਡ ਕਿਉਂ ਕੀਤਾ, ਲੋਕਾਂ ਨੂੰ ਘਬਰਾ ਤੂੰ ਕਿਉਂ ਕੀਤਾ, ਜਿਹੜਾ ਕੋਵਿਡ ਦਾ ਵੈਕਸੀਨੇਸ਼ਨ ਤੂੰ ਇਹਨੂੰ ਵਿਖਾ ਕਿਹਾ ਸੀਗਾ, ਹੁਣ ਤੂੰ ਇਹਦਾ ਸਪਸ਼ਟੀਕਰਨ ਦੇ ਜੀ। ਤੇ ਕੁਛ ਦਿਨ ਪਹਿਲਾਂ ਇਹਨੇ ਪੇਸ਼ ਹੋ ਕੇ ਇੰਨੀ ਗੱਲ ਕਹੀ ਸੀ ਜੀ ਮੈਂ ਆਪਣੀ ਗਲਤੀ ਦੀ ਮਾਫ਼ੀ ਚਾਹੁੰਦਾ, ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਏਦਾਂ ਨੀ ਮਾਫ਼ੀ ਅੰਦਰ ਵੜ ਕੇ ਮੰਗ ਲੈ,
ਜਿਸ ਤਰੀਕੇ ਨਾਲ ਬਕਾਇਦਾ ਤੌਰ ਤੇ ਤੂੰ ਇਸ਼ਤਿਹਾਰ ਦਿੱਤੇ ਸੀ ਆਪਣੀ ਦਵਾਈ ਦੇ, ਉਸੇ ਤਰੀਕੇ ਨਾਲ ਮਾਫ਼ੀ ਦੇ ਇਸ਼ਤਿਹਾਰ ਦੇ ਜੀ। ਹੁਣ ਇਹਦਾ ਮੈਨੇਜਰ ਤੇ ਇਹ ਦੋਵੇਂ ਅੱਜ ਬਕਾਇਦਾ ਤੌਰ ਤੇ ਕੋਰਟ ਪੇਸ਼ ਹੋਏ ਤੇ ਕਹਿੰਦੇ ਜੀ ਅਸੀਂ ਇਸ਼ਤਿਹਾਰ ਦੇ ਦਿੱਤੇ ਨੇ ਤੇ ਅਸੀਂ ਜਨਤਕ ਤੌਰ ਤੇ ਮਾਫ਼ੀ ਮੰਗਣ ਲਈ, ਹੋਰ ਦੱਸੋ ਸਾਨੂੰ ਕੀ ਹੁਕਮ ਜੀ। ਉਹ ਕਹਿੰਦੇ ਏਦਾਂ ਨੀ, ਜਿਹੜੇ ਇਸ਼ਤਿਹਾਰ ਤੁਸੀਂ ਦਿੱਤੇ ਆ ਤੇ ਇਹ ਨਾ ਮੈਨੂੰ ਹੁਣ ਵੀ ਉਹ ਮਾਈਕਰੋਸਕੋਪ ਨਾਲ ਪੜ੍ਹਾ ਰਹੇ ਹੋਣ। ਹਾਂ ਵੀ ਐਵੇਂ ਉਹ ਭੇਟਾਂ ਉਹ ਜਿਵੇਂ ਟਰਮ ਐਂਡ ਕੰਡੀਸ਼ਨਾਂ ਲਿਖੀਆਂ ਹੁੰਦੀਆਂ ਥੱਲੇ। ਸਾਨੂੰ ਉਹਨੇ ਕਾਪੀ ਦਿਓ, ਪਤਾ ਅਸੀਂ ਕਰ ਸਕੀ ਵੀ ਵਾਕਿਆ ਜਿਸ ਤਰੀਕੇ ਨਾਲ ਤੁਸੀਂ ਆਪਣੀ ਦਵਾਈ ਦੀ ਐਡ ਦਿੱਤੀ ਸੀ ਅਸੀਂ ਉਸੇ ਤਰੀਕੇ ਨਾਲ ਦਿੱਤੇ ਤੁਸੀਂ। ਹੁਣ ਇਹਨਾਂ ਨੂੰ ਕਿਹਾ ਵੀ ਅਗਲੇ ਦੋ ਦਿਨਾਂ ਦੇ ਵਿੱਚ ਵਿੱਚ ਤੁਸੀਂ ਉਹ ਸਾਰੇ ਆਪਣੇ ਇਸ਼ਤਿਹਾਰ ਜਮ੍ਹਾਂ ਕਰਾਓ ਜੀ ਤੇ ਲਿਖਤੀ ਤੌਰ ਤੇ ਮਾਫ਼ੀ ਮੰਗ ਕੇ ਉਹ ਵੀ ਇਸ਼ਤਿਹਾਰ ਲਾਓ। ਕਹਿੰਦੇ ਠੀਕ ਹੈ ਜੀ ਕਰ ਲੈਂਦੇ ਹਾਂ। ਤੇ ਅਦਾਲਤ ਨੇ ਹੁਣ 30 ਤਰੀਕ ਇਹਨਾਂ ਦੀ ਪਾਤੀ ਆ ਵੀ ਆਓ ਵੀ 30 ਤਰੀਕ ਨੂੰ ਤੁਹਾਡੇ ਵਿਹਨੇ ਕੀ ਕੀਤਾ ਸਾਰਾ ਸਾਰਾ ਹਿਸਾਬ ਕਿਤਾਬ ਕਰਾਂਗੇ ਜੀ। ਤੇ ਹੁਣ ਤੱਕ ਕਿ 67 ਅਖ਼ਬਾਰਾਂ ਦੇ ਇਸ਼ਤਿਹਾਰ ਦੇ ਚੁੱਕੇ, 67 ਅਖ਼ਬਾਰਾਂ ਦੇ ਮਾਫ਼ੀਨਾਮੇ ਦੇ ਵੀ ਸਾਡੇ ਕੋਈ ਗਲਤੀ ਹੋਈ ਜੀ, ਇਸ ਕਰਕੇ ਹੁਣ 27 ਤਰੀਕ ਨੂੰ 30 ਤਰੀਕ ਨੂੰ ਵੇਖੋ ਜਦੋਂ ਇਹ ਸਾਰੇ ਮਾਮਲਾ ਲੈ ਕੇ ਜਾਣਗੇ, ਆਪਣੇ ਇਸ਼ਤਿਹਾਰ ਛਾਪੇ ਲੈ ਕੇ ਜਾਣਗੇ ਪਹਿਲੇ ਜਾਂ ਦੂਜੇ ਵੀ, ਫਿਰ ਉਹ ਮਿਲਾਉਣਗੇ ਵਾਕਈ ਵੀ ਇਹ ਬਰਾਬਰ ਦੇ ਛਾਪੇ ਕਿ ਵੱਧ ਘੱਟ ਛਾਪੇ। ਤੇ ਜੇ ਇਹਨਾਂ ਨੇ ਉਹੀ ਗੱਲ ਕੀਤੀ ਵੀ ਛੋਟੇ ਛੋਟੇ ਛੁਪਾਏ ਸੁਪਰੀਮ ਕੋਰਟ ਨੇ ਕਿਹਾ ਤਾਂ ਉਹ ਮਨਜ਼ੂਰ ਨਹੀਂ ਹੋਣਗੇ ਜੀ, ਕਿਉਂ ਨਾ ਫਿਰ ਤੁਹਾਡੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਕਰਵਾਉਣਗੇ। ਹਾਂਜੀ ਤੇ ਇਹ ਹੁਣ ਕਰਾਉਣੇ ਪੈਣੇ ਜੀ ਇਹਨਾਂ ਨੂੰ ਜੀ। ਤੇ ਕੇਜਰੀਵਾਲ ਦਾ ਕੀ ਬਣਿਆ ਜੀ, ਨਾਲ ਕਹਿੰਦੇ ਕੇ ਕਵਿਤਾ ਵੀ ਵਿਚਾਰੀ ਲਟਕਦੀ ਫਿਰਦੀ ਆ। ਜਿਹੜੇ ਕੇਜਰੀਵਾਲ ਸੀ ਜੀ ਇਹਨਾਂ ਦੀਆਂ ਤਿੰਨ ਪਟੀਸ਼ਨਾਂ ਸੀ ਜੀ। ਇੱਕ ਪਟੀਸ਼ਨ ਲਾ ਦਾ ਵਿਦਿਆਰਥੀ ਸੀ ਇੱਕ, ਉਹਨਾਂ ਦੀ ਇੱਕ ਜਥੇਬੰਦੀ ਬਣਾਈ ਸੀ ਵੀ ਆਰ ਦੀ ਸਿਟੀਜ਼ਨ ਆਫ ਇੰਡੀਆ ਜੀ। ਉਸ ਜਥੇਬੰਦੀ ਦੇ ਤਹਿਤ ਇਹਨਾਂ ਨੇ ਪੀਪਲ ਆਫ ਇੰਡੀਆ, ਅੱਛਾ ਜੀ, ਉਹ ਜਥੇਬੰਦੀ ਦੇ ਤਹਿਤ ਬਕਾਇਦਾ ਤੌਰ ਤੇ ਇਹਨਾਂ ਕਿ ਪਟੀਸ਼ਨ ਪਾਈ ਸੀ ਵੀ ਪੰਜਾਬ ਦੀ ਦਿੱਲੀ ਸਰਕਾਰ ਦਾ ਹਰਜਾ ਬੜਾ ਹੋ ਰਿਹਾ ਤੇ ਇਸ ਕਰਕੇ ਇਹਨੂੰ ਇੰਟਰਮ ਬੇਲ ਦਿੱਤੀ ਜਾਵੇ ਜੀ। ਉਹ ਕੋਰਟ ਹਾਈ ਕੋਰਟ ਜਿਹੜੀ ਉਹ ਉਲਟਾ ਪੈ ਗਈ ਉਹਨੂੰ, ਭਾਈ ਤੁਸੀਂ ਕੌਣ ਹੋ ਵੀ ਇਹ ਮਾਮਲਾ ਕਾਨੂੰਨ ਦਾ ਵਾ, ਅਦਾਲਤ ਦਾ ਮਾਮਲਾ, ਤੁਸੀਂ ਕੌਣ ਇਹਨੇ ਦਖਲ ਦਰਜ ਕਰਨਾ, ਤੁਹਾਨੂੰ ਕਿਹਨੇ ਅਧਿਕਾਰ ਦੇ ਦਿੱਤਾ। ਤੇ ਕੇਜਰੀਵਾਲ ਦੇ ਵਕੀਲਾਂ ਨੇ ਕਿਹਾ ਹਾਂ ਜੀ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਬਾਰੇ ਜੀ। ਅਦਾਲਤ ਨੇ ਉਸ ਵਿਦਿਆਰਥੀ ਨੂੰ ਲਾ ਦੇ ਵਿਦਿਆਰਥੀ ਨੂੰ ਬੇਕਾਇਦਾ ਤੌਰ ਤੇ ਜਿਹੜਾ ਵਾ ਉਹ 75,000 ਰੁਪਇਆ ਜੁਰਮਾਨਾ ਕੀਤਾ ਵੀ ਤੁਸੀਂ ਜਦੋਂ ਕੇਸ ਸੁਪਰੀਮ ਕੋਰਟ ਚ ਪੈਂਡਿੰਗ ਪਿਆ ਵਾ ਫਿਰ ਤੁਸੀਂ ਹਾਈਕੋਰਟ ਦਾ ਸਮਾਂ ਬਰਬਾਦ ਕਿਉਂ ਕੀਤਾ। ਦੂਸਰੀ ਪਟੀਸ਼ਨ ਜੀ, ਦੂਸਰੀ ਪਟੀਸ਼ਨ ਜਿਹੜੀ ਇਹਨਾਂ ਨੇ ਕਿਹਾ ਸੀ ਨਾ ਵੀ ਮੇਰੀ ਅਰੈਸਟ ਤੇ ਮੇਰੀ ਪੁੱਛ ਪੜਤਾਲ ਕੀਤੀ ਗਈ ਉਹ ਕਾਨੂੰਨ ਦੇ ਮੁਤਾਬਕ ਨਹੀਂ ਕੀਤੀ ਗਈ, ਅੱਛਾ ਜੀ, ਉਹਦੀ ਬਕਾਇਦਾ ਤੌਰ ਤੇ ਇਹਨਾਂ ਨੇ 15 ਮਈ ਜਿਹੜੀ ਉਹ ਤਰੀਕ ਪਾਤੀ ਹੈ। ਤੀਜੀ ਹੈਗੀ ਸੀ ਇਨਸੂਲਿਨ ਲੈਣ ਦੀ ਇਹਨਾਂ ਦੀ, ਅੱਛਾ, ਇਹਨਾਂ ਦੀ ਘਰ ਵਾਲੀ ਨੇ ਵੀ ਕਿਹਾ ਤੇ ਇਹਨਾਂ ਨੇ ਕਿਹਾ ਜੀ ਮੈਂ ਸ਼ੂਗਰ ਦਾ ਮਰੀਜ਼ ਹਾਂ, ਮੇਰੀ ਆਹ ਜਿਹੜੀ ਹੈ ਸ਼ੂਗਰ ਹੈ ਤੇ ਮੈਨੂੰ ਬਕਾਇਦਾ ਤੌਰ ਤੇ ਰੋਜ਼ ਆਪਣੇ ਡਾਕਟਰ ਨੂੰ 15 ਮਿੰਟ ਤੱਕ ਵੀਡੀਓ ਕਾਨਫਰੰਸ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕੋਰਟ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ। ਕੋਰਟ ਨੇ ਇੰਨੀ ਗੱਲ ਹਾਈਕੋਰਟ ਨੇ ਰਾਊਸ ਕੋਰਟ ਸੋਰੀ ਹਾਈਕੋਰਟ ਨੇ ਰਾਊਸ ਕੋਰਟ ਦੀ ਹੇਠਲੀ ਬਦਲ ਸੀ
ਰਲ ਦੇ ਮੈਨੂੰ ਕੁੜ ਲਈ ਉਹਨੇ ਕਹਿਤਾ ਵੀ ਏਦਾਂ ਨੀ ਹੋ ਸਕਦਾ, ਤੇਰੇ ਵਾਸਤੇ ਕੋਈ ਸਪੈਸ਼ਲ ਟ੍ਰੀਟਮੈਂਟ ਕੋਈ ਨੀ ਹੈਗਾ ਉੱਥੇ, ਡਾਕਟਰ ਅਵੇਲੇਬਲ ਨੇ ਅੰਦਰ, ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਸੰਜੇ ਬੈਨੀਪਾਲ ਆ ਜਿਹੜਾ ਸੁਪਰਡੈਂਟ ਹੈ ਜੇਲ੍ਹ, ਉਹ ਕਹਿੰਦਾ ਵੀ ਤਿਹਾੜ ਜੇਲ੍ਹ ਦੇ ਵਿੱਚ 10,000 ਬੰਦੇ ਰੱਖਣ ਦੀ ਜਿਹੜੀ ਆ ਕਪੈਸਿਟੀ ਹੈਗੀ ਤੇ 20,000 ਬੰਦਾ ਇੱਥੇ ਤਾੜਿਆ ਜੀ, ਤੇ ਕਿਸੇ ਨਾ ਵਿਤਕਰਾ ਦੀ ਸਭ ਨੂੰ ਬਰਾਬਰ ਦਾ ਜਿਹੜੀ ਉਹ ਖਾਣਾ ਬਾਣਾ ਦਿੱਤਾ ਜਾਂਦਾ, ਕੋਈ ਵਿਤਕਰਾ ਨੀ ਕੀਤਾ। ਹਾਂਜੀ, ਹੁਣ ਇਹਨੇ ਜਦੋਂ ਇੰਨੀ ਗੱਲ ਕੀਤੀ ਤੇ ਉਹ ਫਿਰ ਕੋਰਟ ਨੇ ਕਹਿਤਾ ਵੀ ਭਾਈ ਤੇਰੇ ਵਾਸਤੇ ਸਪੈਸ਼ਲ ਕੁਛ ਨੀ, ਉੱਥੇ ਡਾਕਟਰ ਅਵੇਲੇਬਲ ਨੇ, ਤੇਰੀ ਉਹ ਸ਼ੂਗਰ ਚੈੱਕ ਕਰਨਗੇ, ਜੇ ਤੈਨੂੰ ਇਨਸੁਲਿਨ ਦੀ ਲੋੜ ਉਹ ਦਿਆ ਕਰਨਗੇ ਜੀ। ਹੁਣ ਕੱਲ ਇਹਨਾਂ ਨੇ ਕਹਿਤਾ ਵੀ 217 ਸ਼ੂਗਰ ਆ, ਤੇ ਕੋਰਟ ਨੇ ਇਹ ਗੱਲ ਕਹੀ ਸੀ ਵੀ ਇਹਦੇ ਵਿੱਚ ਜਦੋਂ ਵੀ ਸੁਪਰਡੈਂਟ ਆ ਜਦੋਂ ਲੋੜ ਮਹਿਸੂਸ ਕੀਤੀ ਜਾਵੇ ਉਹ ਡਾਕਟਰ ਮਹਿਸੂਸ ਕਰਨ, ਤੇ ਏਮਸ ਦਾ ਡਾਇਰੈਕਟਰ ਜਿਹੜਾ ਵਾ ਉਹ ਇੱਕ ਬੋਰਡ ਆਫ ਡਾਕਟਰ ਦਾ ਬੋਰਡ ਬਣਾ ਦੂਗਾ, ਉਹ ਬੋਰਡ ਜਿਹੜਾ ਵਾ ਉਹ ਆਪਣੇ ਕੰਸਲਟ ਕਰਕੇ ਦੱਸੇ ਵੀ ਇਹਨੂੰ ਇਨਸੁਲਿਨ ਦੇਣੀ ਕਿ ਦੇਣੀ ਆ। ਹੁਣ ਉਹਨਾਂ ਨੇ ਕਹਿਤਾ ਵੀ ਇਹਨਾਂ ਨੂੰ 200 ਤੋਂ ਉੱਪਰ ਚਲ ਗਈ ਹੈ ਤੇ ਲਾਈਟ ਇਨਸੁਲਿਨ ਇਹਨਾਂ ਨੂੰ ਦਿੱਤੀ ਜਾ ਸਕਦੀ ਆ ਜੀ। ਹੁਣ ਬੋਰਡ ਦੇ ਬਿਹਾਫ ਤੇ ਇਨਸੁਲਿਨ ਅੰਦਰ ਗਈ ਆ ਤੇ ਉਹਨਾਂ ਨੇ ਦੇ ਦਿੱਤੀ ਹੈ, ਤੇ 3 ਦਿਨ ਪਹਿਲਾਂ ਆਤਸ਼ੀ ਤੇ ਹੋਰ ਇਹਨਾਂ ਦੇ ਵਰਕਰ ਬਕਾਇਦਾ ਤੌਰ ਤੇ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਸੀ ਉਹ ਇਨਸੁਲਿਨ ਦੇ ਟੀਕੇ ਲੈ ਕੇ ਗਏ ਸੀ। ਉਹਨਾਂ ਨੇ ਉੱਥੇ ਜਿਹੜੇ ਸਿਕਿਉਰਿਟੀ ਵਾਲੇ ਉਹਨਾਂ ਨੂੰ ਕਿਹਾ ਸੀ ਤੁਸੀਂ ਆਹ ਲੈ ਲਓ ਤੇ ਕੇਜਰੀਵਾਲ ਨੂੰ ਪਹੁੰਚਾ ਦਿਓ, ਇਹ ਦਿੱਲੀ ਦੇ ਲੋਕਾਂ ਨੇ ਭੇਜੀ ਆ, ਕਿਸੇ ਪਾਰਟੀ ਹਰੇਕ ਥਾਂ ਤੇ ਰਾਜਨੀਤੀ ਹਾਂ ਬਿਲਕੁਲ ਬਿਲਕੁਲ ਰਾਜਨੀਤੀ। ਹੁਣ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਇੰਨੀ ਕੁ ਛੋਟ ਮਿਲ ਗਈ ਆ ਵੀ ਜੇ ਇਹਨੂੰ ਲੋੜ ਪਵੇ ਤੇ ਬਕਾਇਦਾ ਤੌਰ ਤੇ ਜਿਹੜਾ ਵਾ ਇਹ ਬੋਰਡ ਆਫ ਡਾਇਰੈਕਟਰ ਦੇ ਫੈਸਲਾ ਕਰ ਲੈਣ। ਪਹਿਲੀ ਗੱਲ ਤੇ ਹੋਸਪਿਟਲ ਡਾਕਟਰ ਹੈਗੇ ਨੇ ਉਹਦੀ ਨਿਯਮਤ ਤੌਰ ਤੇ ਜਿਹੜੀ ਉਹ ਚੈਕਿੰਗ ਕਰ ਰਹੇ। ਅਗਲੀ ਗੱਲ ਜਿਹੜਾ ਬੈਨੀਪਾਲ ਆ ਬੈਨੀਪਾਲ ਉਹਨੇ ਕਿਹਾ ਇਹਦੀਆਂ ਜਿਹੜੀਆਂ ਮੁਲਾਕਾਤਾਂ ਨੇ ਹਫ਼ਤੇ ਦੇ ਵਿੱਚ 4 ਹੋ ਸਕਦੀਆਂ ਨੇ, 2 ਇਹਦੇ ਪਰਿਵਾਰ ਦੇ ਮੈਂਬਰ ਤੇ 2 ਹੋਰ ਜੀ, 4 ਬੰਦੇ ਮੁਲਾਕਾਤ ਕਰ ਸਕਦੇ ਨੇ ਇਹਦੀਆਂ ਤੇ 16 ਬੰਦੇ ਮੁਲਾਕਾਤ ਕਰ ਸਕਦੇ ਮਹੀਨੇ ਦੇ ਵਿੱਚ ਇਦੋਂ ਵੱਧ ਨੇ। ਅੱਛਾ ਜੀ, ਉਹ ਸਾਡਾ ਪ੍ਰੋਟੋਕੋਲ ਆ, ਉਹਦੇ ਵਿੱਚ ਜਦੋਂ ਮਰਜ਼ੀ ਇਹ ਚਾਹੁਣ ਆ ਕੇ ਮੁਲਾਕਾਤ ਕਰ ਸਕਦੇ, ਲੇਕਿਨ ਉਹ ਕਹਿੰਦੇ ਵਿੱਚ ਸ਼ੀਸ਼ੇ ਦੀ ਖਿੜਕੀ ਹੁੰਦੀ ਹੈ, ਦੂਜੇ ਪਾਸੇ ਫੋਨ ਪਿਆ ਵਾ, ਇੱਧਰ ਫੋਨ ਪਿਆ, ਤੁਸੀਂ ਹਾਂ ਉਹੀ ਜਿਵੇਂ ਫਿਲਮਾਂ ਅੰਗਰੇਜ਼ੀ ਫਿਲਮਾਂ ਹੀ ਦਿਖਾਉਂਦੇ ਹੁੰਦੇ ਜੀ ਜੀ ਜੀ, ਉਸੇ ਤਰੀਕੇ ਨਾਲ ਹੁੰਦੀ ਹੈ। ਕਹਿੰਦੇ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ, ਜਾਂ ਤੇ ਸਾਨੂੰ ਵਿਅਕਤੀਗਤ ਤੌਰ ਤੇ ਜਾਂ ਵੀਡੀਓ ਕਾਨਫਰੰਸ ਸਾਡੀ ਜਿਹੜੀ ਮੁਲਾਕਾਤ ਕਰਾਈ ਜਾਵੇ। ਹੁਣ ਹਾਲ ਦੀ ਕੜੀ ਤੇ ਹੱਥ ਖੜੇ ਕਰ ਦਿੱਤੇ ਆ ਪ੍ਰਸ਼ਾਸਨ ਨੇ, ਲੇਕਿਨ ਜਿਸ ਤਰੀਕੇ ਨਾਲ ਆਵਾਜ਼ਾਂ ਆ ਰਹੀਆਂ ਜੇ ਸਰਕਾਰ ਬਦਲ ਗਈ ਤੇ ਫਿਰ ਮਹੀਨੇ 'ਚ ਸਭ ਕੁਛ ਹੋ ਜਾਊਗਾ ਜੀ। ਹਾਂ ਸਰਕਾਰਾਂ ਜੀ, ਸਰਕਾਰਾਂ ਬਦਲ ਜਾਂ ਤਾਂ ਅੱਧੀ ਰਾਤ ਨੂੰ ਅਦਾਲਤਾਂ ਖੁੱਲ੍ਹ ਜਾਂਦੀਆਂ ਤੁਹਾਨੂੰ ਪਤਾ ਨਾ, ਉਹ ਵੇਖਿਆ ਸ਼ਾਇਦ ਕਰਨਾਟਕਾ ਦਾ ਮਾਮਲਾ ਸੀਗਾ ਤੇ ਜਿਹੜੀ ਸਾਡੇ ਹੈਗੇ ਨੇ ਉਹ ਕਾਂਗਰਸ ਦੇ ਵਕੀਲ ਨੇ, ਨਾ ਭੁੱਲ ਕੇ ਉਹਨੇ ਵਕੀਲ ਐਡਵੋਕੇਟ ਮੰਤਰੀ ਵੀ ਰਹੇ ਨੇ ਜੀ, ਉਹਨਾਂ ਨੇ ਰਾਤ ਦੇ 12 ਵਜੇ ਸੁਪਰੀਮ ਕੋਰਟ ਖੁੱਲ੍ਹਾ ਦੀ, ਰਾਤ ਦੇ 12 ਵਜੇ ਖੋਲੋ ਸੁਪਰੀਮ ਕੋਰਟ ਦੀ। ਇਸ ਕਰਕੇ ਵਾਕਿਆ ਤੁਹਾਡੀ ਗੱਲ ਠੀਕ ਹੈ ਵੀ ਜੇ ਸਰਕਾਰਾਂ ਬਦਲ ਜਾਂਦੀ ਤੇ ਅਦਾਲਤਾਂ ਰਾਤ ਦੀ 12 ਵਜੇ ਖੁੱਲ ਜਾਂਦੀਆਂ। ਠੀਕ ਹੈ, ਤੇ ਕੇ ਕਵਿਤਾ ਦਾ ਕੀ ਬਣਿਆ ਜੀ? ਇਹ ਕਵਿਤਾ ਤੇ ਦੋਵਾਂ ਦਾ, ਇਹਨਾਂ ਦਾ ਅੱਜ ਰਿਮਾਂਡ ਬਕਾਇਦਾ ਤੌਰ ਤੇ 7 ਮਈ ਤੱਕ ਵਧਾ ਦਿੱਤਾ ਗਿਆ ਜੀ। ਇਹ ਕਵਿਤਾ ਵੀ ਉਸੇ ਕੇਸ ਅੰਦਰ ਤੇ ਉਸੇ ਕੇਸ ਦੇ ਅੰਦਰ ਕਿਸੇ ਪ੍ਰਕਾਰ ਦੀ ਰਾਹਤ ਨਹੀਂ ਦਿੱਤੀ ਗਈ। ਇਹ ਕਵਿਤਾ ਨੇ ਇੱਕ ਪਟੀਸ਼ਨ ਪਾਈ ਸੀ ਵੀ ਮੇਰਾ ਬੱਚਾ ਛੋਟਾ ਵਾ ਨਾਬਾਲਗ ਆ ਤੇ ਮੈਨੂੰ ਜਿਹੜੀ ਇੰਟਰਨਲ ਬਿਲ ਦਿੱਤੀ ਜਾਵੇ ਤਾਂ ਕਿ ਉਹਦੇ ਐਗਜ਼ਾਮ ਹੋ ਰਹੇ ਆ ਤੇ ਮੈਂ ਉਹ ਤਰੀਕੇ ਨਾਲ ਕਰਵਾ ਸਕਾਂ ਜੀ। ਕੋਰਟ ਨੇ ਕਿਹਾ ਤੁਹਾਨੂੰ
ਤੁਸੀਂ ਜੇਲ ਚ ਆਏ ਹੋ, ਨਾਨਕੇ ਨੀ ਆਏ, ਜੇਲ ਚ ਰਹਿਣਾ ਪਊ ਤੁਹਾਨੂੰ। ਇਸ ਕਰਕੇ ਉਹਦੀ ਉਹ ਪਟੀਸ਼ਨ ਵੀ ਖਾਰਜ ਕਰ ਦਿੱਤੀ ਗਈ ਤੇ ਇਹ ਕਿਰਤਾ ਹੁਣ 7 ਮਈ ਤੱਕ ਇਹਨਾਂ ਦੀ ਨਿਆਇਕ ਰਾਤ ਤੋਂ ਉਹਦੀ ਵਧਾ ਦਿੱਤੀ ਗਈ ਹੈ। ਇੱਕ ਚਰਨਪ੍ਰੀਤ ਸਿੰਘ ਉਹਦੇ ਨਾਲ ਬੀਬੀ ਨਾਲ ਇੱਕ ਹਫ਼ਤਾ ਨਾਲ ਉਹਦੀ ਵੀ ਜਿਹੜੀ ਨਿਆਇਕ ਰਾਤ 7 ਮਈ ਤੱਕ ਵਧਾ ਦਿੱਤੀ ਗਈ ਹੈ। ਕਹਿੰਦੇ ਉਹ ਵੀ ਡੁੱਕਿਆ ਗਿਆ ਹਨਾ ਜੀ। ਹਾਂਜੀ ਹਾਂਜੀ। ਤੇ ਕਹਿੰਦੇ ਚੋਰ ਵੀ ਬੜੇ ਵਧੀਆ ਨੇ ਜੀ, ਕਹਿੰਦੇ ਮੱਥਾ ਵੀ ਟੇਕਦੇ ਆ, ਮਰਿਆਦਾ ਵੀ ਰੱਖਦੇ ਆ ਤੇ ਗੋਲਕ ਵੀ ਭੰਨਦੇ ਆ। ਬਿਲਕੁਲ ਜੀ ਬਿਲਕੁਲ। ਇਹ ਵੇਖੋ, ਇਹ ਵੀ ਇੱਕ ਵਿਡੰਬਣਾ ਵਾ ਕਿ ਇੱਕ ਚੋਰ ਜਦੋਂ ਸਾਡੇ ਗ੍ਰੰਥੀ ਸਾਹਿਬ ਨੇ ਉਹ ਆਪਣਾ ਰਾਤ ਨੂੰ ਪਾਠ ਪੂਜਾ ਕਰਕੇ ਤੇ ਚਲੇ ਜਾਂਦੇ ਨੇ ਜੀ। ਜਦੋਂ ਚਲੇ ਜਾਂਦੇ ਨੇ ਤੇ ਬੂਹਾ ਬੰਦ ਕਰਕੇ ਤਾਲੇ ਲਾ ਕੇ ਚਲੇ ਜਾਂਦੇ ਨੇ, ਆਪਣੇ ਘਰ ਚਲ ਜਾਂਦੇ ਆ, ਤੇ ਚੋਰ ਜਿਹੜੇ ਚੋਰ ਨੇ ਉਹ ਪੂਰੀ ਖੁੜਕ ਰੱਖਦੇ ਵੀ ਕਦੋਂ ਜਾਂਦੇ ਆ, ਕਦੋਂ ਆਉਂਦੇ, ਕੀ ਕਰਦੇ ਆ। ਹੁਣ ਚੋਰ ਸਾਹਿਬ ਨੇ ਬਕਾਇਦਾ ਤੌਰ ਤੇ ਇਹ ਖੁੜਕ ਰੱਖੀ ਤੇ ਉੱਥੇ ਪਤਲੇ ਪਤਲੇ ਦਰਵਾਜੇ ਲੱਗੇ ਸੀ ਅਲੂਮੀਨੀਅਮ ਦੇ, ਉਹਨਾਂ ਨੇ ਕਟਰ ਲਿਆਏ, ਬਕਾਇਦਾ ਤੌਰ ਤੇ ਉਹਨਾਂ ਨੇ ਆਪਣੀ ਜੁੱਤੀ ਲਾਈ ਪਹਿਲਾਂ ਜੀ, ਜੁੱਤੀ ਲਾਈ, ਸਿਰ ਢੱਕਿਆ, ਸਿਰ ਢੱਕਣ ਤੋਂ ਬਾਅਦ ਮੂੰਹ ਢੱਕਿਆ। ਅੱਛਾ ਜੀ। ਮੇਰੀ ਪਛਾਣ ਵੀ ਨਾ ਹੋ ਸਕੇ। ਮੂੰਹ ਢੱਕ ਕੇ ਉਹਨਾਂ ਜਾ ਕੇ ਜਿਹੜੀ ਗੋਲਕ ਤੋੜੀ ਤੇ ਗੋਲਕ ਦੇ ਵਿੱਚੋਂ ਮਾਇਆ ਕੱਢੀ ਤੇ ਚਲੇ ਗਏ ਜੀ। ਇਹ ਨਿਕਲ ਨਹੀਂ, ਮੱਥਾ ਵੀ ਟੇਕਿਆ ਬਕਾਇਦਾ ਤੌਰ ਤੇ। ਅੱਛਾ ਜੀ। ਇਹ ਕਪੂਰਥਲਾ ਦਾ ਅਜੀਤ ਨਗਰ ਇਲਾਕੇ ਤੇ ਗੁਰਦੁਆਰਾ ਹੈਗਾ ਵਾ ਜਠੇਰਿਆਂ ਦਾ, ਉੱਥੇ ਬਕਾਇਦਾ ਤੌਰ ਚੋਰੀ ਹੋਈ ਹੈ ਜੀ। ਤੇ ਜਦੋਂ ਉੱਥੇ ਫਿਰ ਰਾਤ ਨੂੰ ਰੌਲਾ ਤੇ ਪੈਣੇ ਸੀ, ਜੋ ਸਵੇਰੇ ਆਇਆ ਉਹ ਪਾਠੀ ਆਇਆ, ਉਹਨੇ ਵੇਖਿਆ ਵੀ ਇਹ ਬੂਹੇ ਟੁੱਟੇ ਨੇ, ਚੱਕਰ ਕੀ ਆ। ਉਹਦੀ ਭਾਰੀ ਵੀ ਬਣਨੀ ਸੀ, ਉਹ ਫਟਾਫਟ ਅੰਦਰ ਗਿਆ, ਜਾ ਕੇ ਵੇਖਿਆ ਵੀ ਕੋਈ ਬੇਦਬੀ ਨੀ ਹੋਈ, ਲੇਕਿਨ ਬੇਦ ਵੀ ਕੋਈ ਨੀ ਸੀ ਹੋਈ। ਬੇਦ ਵੀ ਨਾ ਹੋਣ ਤੇ ਉਹ ਮੁੜ ਕੇ ਬਕਾਇਦਾ ਤੌਰ ਤੇ ਉਹਨੇ ਵੇਖਿਆ ਵੀ ਜਿਹੜੀ ਗੋਲਕ ਟੁੱਟੀ ਪਈ ਹੈ ਉਹ ਖਾਲੀ ਕੀਤੀ ਉਹਨੇ, ਕੋਈ ਬੇਦਬੀ ਨੀ ਕੀਤੀ, ਮੱਥਾ ਟੇਕਿਆ। ਫਿਰ ਸੀਸੀਟੀਵੀ ਕੈਮਰੇ ਸਭ ਕੁਛ ਹੁੰਦਾ ਵੀ ਕਿਵੇਂ ਉਹ ਜਾਂਦਾ, ਕਿਵੇਂ ਮੱਥਾ ਟੇਕਦਾ, ਕਿਵੇਂ ਗੋਲਕ ਚੜਦਾ। ਮਤਲਬ ਗੋਲਕ ਚੋਰੀ ਕਰਨ ਤੋਂ ਪਹਿਲਾਂ ਬਾਬੇ ਅੱਗੇ ਅਰਦਾਸ ਕੀਤੀ ਬਾਬਾ, ਕਹਿੰਦੇ ਚੰਦਨ ਦੇ ਉਹ ਚੰਬਲ ਦੇ ਡਾਕੂ ਉਹ ਕਿਹੜੀ ਮਾਤਾ ਨੂੰ ਪੂਜਦੇ ਹੁੰਦੇ ਸੀ। ਹਾਂਜੀ 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 ਤੇ ਬਾਬੇ ਕਹਿੰਦੇ ਕਿਹਾ ਵੀ ਤੇਰੇ ਕੋਲ ਧਾਰੇ ਲਏ ਆ, ਜਦੋਂ ਮੇਰੇ ਕੋਲ ਹੋਣਗੇ ਮੈਂ ਵਾਪਸ ਕਰ ਦੂੰਗਾ ਕੋਈ ਗੱਲ ਨਹੀਂ। ਚਲੋ ਫੇਰ ਵੀ ਚੰਗੀ ਜਾਣ ਦੇ ਬਾਬੇ ਗੁਰੂ ਦੀ ਗੋਲ ਕਰ ਜੀ ਲੋੜਵੰਦਾਂ ਦੇ। ਜਦੋਂ ਫਿਰ ਪਤਾ ਲੱਗਾ ਪੁਲਿਸ ਨੂੰ, ਪੁਲਿਸ ਫਿਰ ਮੌਕੇ ਤੇ ਪੁੱਜੀ, ਥਾਣਾ ਸਿਟੀ ਕਪੂਰ ਸਾਹਿਬ 2 ਅਰਬਨ ਸਟੇਲ ਦੀ ਪੁਲਿਸ ਪੁੱਜੀ, ਉਹਨਾਂ ਫੁਟੇਜ ਵੇਖੀ, ਫੁਟੇਜ ਵੇਖਣ ਤੋਂ ਬਾਅਦ ਅਣਪਛਾਤੇ ਵਿਅਕਤੀ ਦੇ ਖਿਲਾਫ ਚੋਰੀ ਦਾ ਮੁਕਦਮਾ ਦਰਜ ਕਰ ਲਿਆ ਉਹਨਾਂ ਨੇ, ਤੇ ਉਹ ਹੁਣ ਲੱਭ ਰਹੀ ਹੈ ਵੀ ਬੰਦਾ ਕੌਣ ਸੀਗਾ ਜੀ। ਲੱਭ ਜੂ ਫਿਰ ਬੰਦਾ ਜੀ। ਨਹੀਂ ਗੋਲਕ ਗੋਲ ਬਿਲਕੁਲ ਲੱਭ ਜਾਏਗੀ, ਗੋਲਕ ਚੋਰੀ ਕਰਨ ਦੀ ਗੱਲ ਕੋਈ ਨੀ, ਇਹਨਾਂ ਦੇ ਖਾ ਖੂ ਲੈਣੇ, ਖਾਲੀਆਂ ਦੇ ਖਾਈ ਲੈਣੇ ਪੈਸੇ, ਕਾਹਦੇ ਕੋਈ ਗੱਲ ਨੀ। ਇੱਕ ਇੱਕ ਹੈਗਾ ਸੀ ਉਹਨੇ ਅਮਲੀ ਸੀ, ਉਹਨੇ ਸ਼ਰੇ ਪੈ ਚੁੱਕ ਲਏ ਬਾਬੇ ਦੇ ਕੋਲ। ਅੱਛਾ ਜੀ। ਤੇ ਉਹਨੂੰ ਫੜ ਲਿਆ ਉਹਨਾਂ ਨੇ, ਪੈਸੇ ਕੋਈ ਚੁੱਕੇ ਆ। ਮੈਨੂੰ ਯਾਦ ਆ ਇੱਥੇ ਨਾ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਬਹੁਤ ਇਤਿਹਾਸਿਕ ਗੁਰਦੁਆਰਾ, ਚੰਗਾ ਸਰਦਾਰ ਬੰਦਾ, ਕਹਿੰਦੇ ਉਹਦੀ ਵੀਡੀਓ ਵਾਇਰਲ ਹੋਈ ਸੀ 10 ਸਾਲ ਪਹਿਲਾਂ, ਉਦੋਂ CCTV ਨਵੇਂ ਚੱਲੇ ਸੀਗੇ, ਉਹ ਵੀ ਵਿੱਚ ਆਪਦੇ ਪੈਸੇ ਦੇਖੋ ਗੋਲਕ ਗਿਣਦਿਆਂ ਬੜੇ ਵਾਰੀ ਜੇਬਾਂ, ਕਹਿੰਦੇ ਵੀ ਪਹਿਲਾਂ ਹੇਠਾਂ ਦੇ ਲੈਂਦੇ ਆ ਕੁੜਤੇ ਦੇ ਥੱਲੇ ਨੋਟ ਦੇ ਲਏ, ਫਿਰ ਕੋਨੂੰ ਜੇਬ 'ਚ ਪਾ ਲਿਆ, ਫਿਰ ਗਾਂਹ ਲੰਘ ਗਏ। ਹੈਂਜੀ ਉਹ ਇਹ ਤਾਂ ਚਲੋ ਚੋਰ ਆ, ਜਿਹੜੇ ਗੁਰੂ ਘਰ ਦੇ ਸੇਵਾਦਾਰ ਡਕੈਤ ਬਣੇ ਵੇ ਉਹਨਾਂ ਦਾ ਕੀ ਕਰੋਗੇ ਦੱਸੋ, ਉਹ ਤਾਂ ਬੜੀਆਂ ਘਟਨਾਵਾਂ ਆ ਗਈਆਂ।
ਇਸ ਗੱਲ ਨੂੰ ਕੋਈ 15 ਸਾਲ ਹੋਏ ਆ। ਇੱਕ ਜਿਹੜੇ ਇੰਸਪੈਕਟਰ ਨੇ, ਇੰਸਪੈਕਟਰ ਜਿਹੜੇ ਐਸਜੀਪੀਸੀ ਦੇ ਗੁਰਦੁਆਰੇ, ਇਹ ਇੰਸਪੈਕਟਰ ਨੂੰ ਡਿਊਟੀ ਲੱਗਦੀ ਵੀ ਅਸੀਂ ਗੋਲ ਖੋਲਣੀ, ਤੁਸੀਂ ਜਾ ਕੇ ਜਾਓ ਤੁਹਾਡੀ ਨਿਗਰਾਨੀ। ਜਿਹੜੇ ਐਸਜੀਪੀਸੀ ਦੇ ਇੰਸਪੈਕਟਰ ਆ, ਪੁਲਿਸ ਵਾਲੇ ਨਹੀਂ, ਹਾਂਜੀ ਐਸਜੀਪੀਸੀ ਦੇ। ਅੱਛਾ ਅੱਛਾ। ਉਹ ਗਿਆ ਇੱਕ ਇਤਿਹਾਸਕ ਗੁਰਦੁਆਰੇ, ਮੈਂ ਨਾਂ ਨੀ ਲੈਣਾ ਉਹਦਾ, ਹਾਂਜੀ। ਉੱਥੇ ਜਾ ਕੇ ਜਦੋਂ ਗੋਲ ਗਿਣਦੇ ਸੀਗੇ ਤੇ ਬਕਾਇਦਾ ਤੌਰ ਤੇ ਮੈਨੇਜਰ ਆਇਆ ਤੇ ਉਹਨੇ 30,000 ਚੁੱਕਿਆ ਤੇ ਜੇਬ ਚ ਪਾ ਲਿਆ ਸਿੱਧਾ ਹੀ। ਸਿੱਧਾ ਹੀ ਉਹ ਮੈਨੇਜਰ ਨੂੰ ਕਹਿੰਦਾ, ਮੈਨੇਜਰ ਸਾਹਿਬ ਪੈਸੇ ਮੈਂ ਬਾਹਰ ਨੀ ਜਾਣ ਦੇਣੇ, ਇੱਥੇ ਪੈਸੇ ਰੱਖ ਦਿਓ, ਗੁਰੂ ਦੀ ਗੋਲ ਕਦੇ ਪੈਣ। ਉਹਨੇ ਦੂਜੀ ਜੇਬ ਚੋਂ ਪਿਸਤੌਲ ਕੱਢਿਆ, ਉਹਦੀ ਕੁਲਪੜੀ ਚ ਰੱਖਿਆ। ਮੈਂ ਗੱਲ ਸੁਣ ਮੇਰੀ ਜੀ, ਮੇਰਾ ਜੀ ਕਹਿੰਦਾ ਤੈਨੂੰ ਗੋਲੀ ਮਾਰਦਾ, ਇੱਥੇ ਮੈਨੇਜਰ ਮੈਂ ਆ, ਤੂੰ ਮਾਮਾ ਲੱਗਦਾ ਠੀਕ ਹੈ ਨਾ, ਮੇਰੇ ਵੀ ਨਿੱਕੇ ਨਿੱਕੇ ਨਿਆਣੇ ਆ, ਤੇਰੇ ਵੀ ਨਿੱਕੇ ਨਿੱਕੇ, ਜਾ ਕੇ ਮੌਜ ਕਰਦਾ ਮੌਜ ਕਰ। ਅੱਛਾ। ਉਹ ਬੰਦਾ ਮੇਰਾ ਵਾਕਫ ਸੀਗਾ। ਉਦੋਂ ਮੇਰੇ ਖਿਆਲ ਬਹੁਤੇ ਮੋਬਾਈਲ ਦਿੰਦੇ ਨਹੀਂ ਸੀ, ਜੋ ਮੈਂ ਗੱਲ ਕਰਦਾ ਜੀ 20 ਸਾਲ ਛੱਡ ਗਏ ਹੋਣਗੇ। ਉਹਨੇ ਮੈਨੂੰ ਫੋਨ ਕੀਤਾ, ਕਹਿੰਦੇ ਪੱਟੀ ਸਾਹਿਬ ਤੂੰ ਬੜੀ ਮੰਦੀ ਹਾਲਤ, ਮੈਂ ਕੀ ਗੱਲ, ਕਹਿੰਦਾ ਆਹ ਗੱਲ ਹੋਈ ਹੈ। ਮੈਂ ਕਿਹਾ ਮੈਨੇਜਰ ਇੱਥੇ ਕਿਹੜਾ? ਮੈਂ ਕਹਿੰਦਾ ਫਲਾਣਾ। ਮੈਂ ਕਿਹਾ ਕਿੱਥੇ ਬੈਠਾ? ਕਹਿੰਦਾ ਆਪਣੇ ਦਫ਼ਤਰ ਚ ਬੈਠਾ ਜੀ। ਮੈਂ ਉਹਨੂੰ ਫੋਨ ਕੀਤਾ, ਫੋਨ ਉਹਨੇ ਆਪ ਹੀ ਚੁੱਕ ਲਿਆ। ਮੈਂ ਕਿਹਾ ਮੈਨੇਜਰ ਸਾਹਿਬ ਬੋਲ ਰਹੇ? ਕਹਿੰਦਾ ਬੋਲ ਰਿਹਾ। ਮੈਨੇਜਰ ਸਾਹਿਬ ਵੈਸੇ ਤੁਹਾਡੀ ਇਮਾਨਦਾਰੀ ਦੀਆਂ ਬੜੀਆਂ ਕਹਾਣੀਆਂ ਸੁਣੀਆਂ ਨੇ, ਬਹੁਤ ਇਮਾਨਦਾਰੀ ਤੁਸੀਂ ਕੰਮ ਕਰ ਰਹੇ ਹੋ, ਲੰਮੇ ਸਮੇਂ ਤੋਂ ਲੱਗੇ ਹੋ ਤੁਸੀਂ ਜੀ, ਤੇ ਬਹੁਤ ਚੰਗੀ ਗੱਲ, ਜਿਹੜਾ 30 ਚੁੱਕ ਕੇ ਲੈ ਕੇ ਨਾ ਉੱਥੋਂ ਅੱਜ ਗੋਲ ਕਰਦੇ ਉੱਥੇ ਰੱਖ ਆਓ, ਨਹੀਂ ਤੇ ਪੰਗਾ ਪਊ ਜੀ। ਖੈਰ ਪੈਸੇ ਤੇ ਰੱਖਿਆ ਤੇ ਇੰਸਪੈਕਟਰ ਦੀ ਗੱਲ ਪੈ ਗਿਆ, ਆਖਿਆ ਨਾ ਤੂੰ ਦੱਸਿਆ ਕਿ ਉਹਨੂੰ ਕੋਈ ਦੱਸਿਆ ਤੂੰ ਜਾ ਕੇ ਉਹਨੂੰ ਕੋਈ ਦੱਸਿਆ ਮੈਂ ਪੈਸੇ ਚੁੱਕ ਕੇ ਲਿਆ ਵਾ। ਫਿਰ ਆਪਾਂ ਪੜਤਾਲ ਕੀਤੀ ਸੀ ਪੈਸੇ ਕਾਹਦੇ ਵਿੱਚ ਚੁੱਕੇ ਸੀ। ਅੱਛਾ ਜੀ। ਇੱਕ ਦਿਨ ਮੈਂ ਉੱਥੇ ਗਿਆ ਮੱਥਾ ਟੇਕ ਤੇ ਮੈਂ ਉਹਨੂੰ ਮੈਨੇਜਰ ਨੂੰ ਪੁੱਛਿਆ ਚਾਹ ਦੀ ਪੀਤੀ ਹੋ ਕਿ? ਮੈਂ ਕਿਹਾ ਜੀ ਮੈਨੇਜਰ ਸਾਹਿਬ ਚਲੋ ਤੁਹਾਡੀ ਕੋਈ ਮਜਬੂਰੀ ਹੋ ਗਈ, 10 ਦੇ ਚੁੱਕੇ ਕਹਿੰਦੇ ਵਾਸਤੇ। ਉਹਨੇ ਇੱਕ ਬੜੇ ਵੱਡੇ ਅਕਾਲੀ ਆਗੂ ਦਾ ਨਾਂ ਲਿਆ ਜੀ, ਨਾਲ ਉਹ ਐਸਜੀਪੀਸੀ ਮੈਂਬਰ, ਭਤੀਜਾ ਉਹਦਾ ਐਮਐਲਏ ਤੇ ਪਾਰਲੀਮੈਂਟਰ ਮੈਂਬਰ, ਪਾਰਲੀਮੈਂਟਰ ਸੈਕਟਰੀ ਬਣਾਇਆ। ਚੰਗਾ ਕਰੋੜ ਰੱਜਿਆ ਪੁੱਜਿਆ ਨੀ ਗੱਲ। ਕਹਿੰਦਾ ਜੀ ਮੈਨੂੰ ਉਹ ਮੈਂਬਰ ਇੱਥੇ ਇੰਚਾਰਜ ਗੁਰਦੁਆਰਾ ਤੇ ਉਹਨੇ ਮੈਨੂੰ ਗੱਲ ਕਹੀ ਸੀ, ਮੈਂ ਪਰਸੋਂ ਜਦੋਂ ਇੱਥੇ ਮੀਟਿੰਗ ਕੀਤੀ ਸੀ ਮੇਰਾ 30,000 ਰੁਪਇਆ ਖਰਚ ਆਇਆ ਮੀਟਿੰਗ ਦੇ ਉੱਤੇ ਤੇ ਮੈਨੂੰ 30,000 ਚਾਹੀਦਾ ਤੇ ਫਿਰ ਮੈਂ ਕਿੱਥੋਂ ਦੇਣਾ ਸੀ? ਇਹ ਹਾਲਤ ਆ ਸਾਡੇ ਇਹਨਾਂ ਲੀਡਰਾਂ ਦੀ। ਦੱਸੋ, ਅੱਜ ਮੈਨੂੰ ਸਵੇਰੇ ਸੁਣ ਕੇ ਬੜਾ ਦੁੱਖ ਹੋਇਆ। ਇੱਕ ਰੰਗਰੇਟਾ ਮੁੰਡਾ ਸੀਗਾ ਛੀਨਾ, ਅੱਛਾ ਜੀ, ਉਹ ਮੈਨੂੰ ਕਹਿੰਦਾ ਵੀ ਮੇਰੇ ਨਾਲ ਘਟਨਾ ਕੀ ਵਾਪਰੀ, ਤੁਹਾਨੂੰ ਘਟਨਾ ਇਹ ਵਾਪਰੀ, ਉਹਦੇ ਨਾਲ ਇੱਕ ਮੁੰਡਾ ਹੋਰ ਆ ਕੇ ਮੈਨੂੰ ਕਹਿਣ ਲੱਗਾ ਜੀ ਵੇਖੋ ਜਿਹੜਾ ਤਰਨਜੀਤ ਸਿੰਘ ਸੰਧੂ ਆ ਜਿਹਨੂੰ ਕਹਿੰਦੇ ਵੀ ਇਹਦਾ ਦਾਦੇ ਨੇ ਜਿਹੜੀ ਉਹ ਬੜੀ ਕੁਰਬਾਨੀ ਕੀਤੀ ਆ, ਗੁਰਦੁਆਰੇ ਛਡਾਉਣ ਵਾਸਤੇ ਕੁਰਬਾਨੀ ਕੀਤੀ ਆ, ਜੇਲ੍ਹ ਚ ਉਹਦੀ ਡੈਥ ਹੋਈ ਆ, ਅੱਜ ਜੇ ਉਹ ਭਾਜਪਾ ਦੀ ਟਿਕਟ ਤੇ ਚੋਣ ਲੜ ਰਿਹਾ ਤੇ ਜੇ ਉਹਨਾਂ ਦੇ ਕੋਈ ਸੰਬੰਧ ਹੈਗੇ ਤੇ ਕਿਸੇ ਮੁਲਾਜ਼ਮ ਦੇ ਘਰ ਚਲੇ ਗਿਆ ਤੇ ਇਹਨਾਂ ਉਹਨਾਂ ਮੁਲਾਜ਼ਮਾਂ ਦੀਆਂ ਬਦਲੀਆਂ ਜਿਹੜੀਆਂ ਪੰਜਾਬ ਤੋਂ ਬਾਹਰ ਕਰਤੀ ਆ, ਕਿੰਨੀ ਬਦਲਾ ਲਓ ਕਾਰਵਾਈ ਆ? ਦੱਸੋ ਵੀ ਜੇ ਉਹਨਾਂ ਦੇ ਘਰ ਕੋਈ ਰਿਸ਼ਤੇਦਾਰ ਚਲੇ ਗਿਆ ਜਾਂ ਕੋਈ ਭੈਣ ਭਰਾ ਚਲੇ ਗਿਆ, ਵੇਖੋ ਜਿਹੜਾ ਮੰਗਤਾ ਜਿਹਨੇ ਵੋਟਾਂ ਉਹਨੇ ਹਰੇਕ ਦਾ ਜਾਣਾ ਜੀ, ਉਹਨੇ ਦਾ ਹਰੇਕ ਦਾ ਕੁੰਡਾ ਖੜਕਾਉਣਾ, ਤੇ ਜੇ ਉੱਥੇ ਚਲੇ ਗਿਆ ਤੇ ਫਿਰ ਤੁਸੀਂ ਉਹਨੇ ਬਦਲੀਆਂ ਕਰ ਲਿਓ? ਆਪਾਂ ਇੱਥੇ ਇਹੀ ਗੱਲ ਕਹਾਂਗੇ ਭਾਈ, ਜੇ ਤੁਸੀਂ ਗੁਰੂ ਘਰ ਦੇ ਸੇਵਕ ਹੋ, ਬਾਬੇ ਨਾਨਕ ਦੇ ਵਿਤਕਰਾ ਨਹੀਂ ਕੀਤਾ ਕਿਸੇ ਨਾਲ, ਜਿੱਥੇ ਤੁਸੀਂ ਬੈਠੇ ਹੋ ਤੁਹਾਡਾ ਦਫ਼ਤਰ ਤੁਸੀਂ ਉਹਦੇ ਵੱਲ ਨੀ ਵੇਖ ਲਓ, ਜਿੱਥੇ ਤੇ ਚੋ ਬੰਦਿਆਂ ਨਾਲ ਸਾਂਝਾ ਕਿਹਾ ਗਿਆ ਤੁਸੀਂ ਆਪਣੇ ਬੰਦੇ ਨੇ ਕੁਛ ਕਰ ਰਹੇ ਹੋ? ਉਹ ਅਜੇ ਗੱਲ ਦੱਸ ਹੀ ਰਿਹਾ ਸੀ ਮੈਨੂੰ, ਕਹਿੰਦੇ ਜੀ ਗੱਲ ਜ਼ਰੂਰ ਕਰਿਓ, ਮੈਂ ਜ਼ਰੂਰ ਸਾਮੀ ਡੈਡੀ ਨੂੰ ਕਰੂੰਗਾ।
ਨਾਲ ਹੀ ਅਸੀਂ ਬੇਨਤੀ ਕਰਦੇ ਤੁਹਾਨੂੰ SCPC ਵਾਲਿਆਂ ਨੂੰ, ਭਾਈ ਏਦਾਂ ਨਾ ਕਰੋ ਕਿ ਉਹ ਜਿਹੜਾ ਮੰਗਤਾ ਵਾ ਉਹਨੇ ਕਾਂਗਰਸੀ ਨੇ ਵੀ ਜਾਣਾ, ਉਹਨੇ ਭਾਜਪਾ ਵਾਲੇ ਵੀ ਜਾਣਾ, ਅਕਾਲੀ ਨੇ ਵੀ ਜਾਣਾ, ਸਾਰਿਆਂ ਜਾਣਾ ਵੋਟਾਂ ਮੰਗਣ ਵਾਸਤੇ, ਤੇ ਸਾਰਿਆਂ ਨੂੰ ਕਿਸੇ ਨੇ ਇਹ ਨੀ ਗੱਲ ਕਰਨੀ ਤੈਨੂੰ ਵੋਟ ਨੀ ਪਾਉਣੀ, ਠੀਕ ਹੈ ਜੀ, ਧਿਆਨ ਰੱਖਾਂਗੇ ਜੀ, ਏਦੋਂ ਵੱਧ ਕੋਈ ਕੁਛ ਨੀ ਕਹਿੰਦਾ। ਤੁਹਾਨੂੰ ਕਿਵੇਂ ਕੱਢੀਏ? ਜਿਹੜਾ ਮੁੰਡਾ ਚੀਨਾ ਰੰਗਰੇਟਾ ਸੀ, ਕਹਿੰਦਾ ਜੀ ਅਸੀਂ ਰੰਗਰੇਟੇ ਹੁੰਦੇ, ਕਹਿੰਦਾ ਫਲਾਣੇ ਗੁਰਦੁਆਰੇ ਚ ਮੇਰੇ ਤੋਂ ਗਲਤੀ ਹੋ ਗਈ ਤੇ ਮੈਂ ਇੱਕ ਉਹ ਮੇਰੇ ਇਲਾਕੇ ਤੇ ਜਿਹੜਾ ਹੈਗਾ ਸੀਗਾ ਮੈਂਬਰ ਦੇ ਕੋਲ ਚਲਾ ਗਿਆ। ਕਹਿੰਦਾ ਉਹਨੇ ਮੈਨੂੰ ਅਪ ਸ਼ਬਦ ਨੀ ਬੋਲੇ, ਉਹਨੇ ਕਈ ਗੱਲਾਂ ਕੀਤੀਆਂ ਤੇ ਮੈਨੂੰ ਕਿਹਾ ਸ਼ੁਕਰ ਕਰੋ ਤੁਹਾਨੂੰ ਅਸੀਂ ਗੁਰਦੁਆਰਿਆਂ ਚ ਭਰਤੀ ਕੀਤਾ। ਅੱਛਾ, ਲੱਦਾ ਸਹਿਣ ਕਰਤਾ, ਸਹਿਣ ਕਰਤਾ ਕੀ ਸਿਰਫ SGPC ਜੱਟਾਂ ਵਾਸਤੇ ਹੀ ਹੈ, ਕਿਸੇ ਹੋਰ ਵਾਸਤੇ ਨੀ ਜੀ? ਨਾਲੇ ਮੈਂ ਉਹਨੂੰ ਦੱਸੀ ਗੱਲ, ਮੈਂ ਕਿਹਾ ਗੱਲ ਸੁਣ ਮੇਰੀ ਜੀ, ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਦਲਿਤ ਪ੍ਰਧਾਨ ਨਹੀਂ ਬਣਿਆ। ਜਿਹੜੀ ਬਡੂੰਗਰ ਸਾਹਿਬ ਦੀ ਗੱਲ ਕਰਦੇ ਉਹ ਦਲਿਤ ਨੀ, ਉਹ BC ਸੀ, ਬੀਬੀ ਜਗੀਰ ਕੌਰ BC ਸੀ, ਦਲਿਤ SC ਕੋਈ ਪ੍ਰਧਾਨ ਨੀ ਬਣਿਆ ਜੀ। ਜੇ SC ਨੇ ਸੁਪਨਾ ਲਿਆ ਤੇ ਉਹਨੂੰ ਬੜੀ ਬੁਰੀ ਤਰ੍ਹਾਂ ਹਰਾਇਆ। ਹੁਣ ਗੱਲ ਕਰਦੇ ਹਾਂ ਆਪਾਂ ਵੀ SGPC ਜੂਨੀਅਰ ਮੀਤ ਪ੍ਰਧਾਨ ਦੀ ਪੋਸਟ, ਉਹ SC ਵਾਸਤੇ ਰਿਜ਼ਰਵ ਆ ਜੀ, ਜੇ ਉਹ ਰਿਜ਼ਰਵ ਨਾ ਹੁੰਦੀ ਸ਼ਾਇਦ ਉਹ ਵੀ ਨਾ ਮਿਲਦੇ, ਉਹ ਵੀ ਨਾ ਦਿੰਦੇ। ਜਦੋਂ ਜਹੇਦਾਰ ਗੁਰਚਰਨ ਸਿੰਘ ਟੌੜਾ, ਮੇਰੇ ਖਿਆਲ ਸ਼ਾਇਦ ਇਹ 90-91 ਦੀ ਗੱਲ ਆ, ਤੇ ਇਹਨਾਂ ਨੂੰ ਕਿਸੇ ਕੇਸ ਚ ਫੜ ਲਿਆ ਆਪਣੀ ਨੇ ਪੁਲਿਸ ਨੇ, ਪਹਿਲਾਂ ਜਹੇਦਾਰ ਸਾਹਿਬ ਚਲੇ ਗਏ ਅੰਦਰ, ਮੁੜ ਕੇ ਜੂਨੀਅਰ ਮੀਤ ਪ੍ਰਧਾਨ ਚਲੇ ਗਏ, ਤੇ ਫਿਰ ਜਿਹੜਾ ਸੀਨੀਅਰ ਮੀਤ ਪ੍ਰਧਾਨ ਚਲੇ ਗਏ, ਤੇ ਜੂਨੀਅਰ ਮੀਤ ਪ੍ਰਧਾਨ ਉਜਾਗਰ ਸਿੰਘ ਰੰਗਰੇਟਾ ਸੀਗਾ ਜੀ, ਉਹਦੇ ਕੋਲ ਚਾਰਜ ਹੈ ਸਿਰਫ ਐਜ ਏ ਜੂਨੀਅਰ ਮੀਤ ਪ੍ਰਧਾਨ, ਪ੍ਰਧਾਨ ਦੇ ਤੌਰ ਤੇ। ਇਸ ਕਰਕੇ SGPC ਅੱਗੇ ਬੇਨਤੀ ਆ, ਅਕਾਲੀ ਨੇ ਬੇਨਤੀ, ਬਾਬੇ ਨਾਨਕ ਦੇ ਸੰਕਲਪ ਤੇ ਚੱਲ ਦਿਓ ਤੇ ਛੱਡ ਦਿਓ ਇਹਨਾਂ ਗੱਲਾਂ ਨੂੰ। ਗਲਤੀਆਂ ਹਰ ਇਨਸਾਨ ਤੋਂ ਹੁੰਦੀਆਂ, ਜੇ ਉਹਨੇ ਆ ਕੇ ਮਾਫ਼ੀ ਮੰਗਲੀ ਨੂੰ ਮਾਫ਼ ਕਰ ਦਿਓ, ਤੇ ਗਰੀਬ ਜੇ ਕੋਈ ਹੋਵੇ ਨਾ, ਗਰੀਬ ਜੀ ਤੇ ਜਿਹਦਾ ਕੋਈ ਵਾਰਸ ਨੀ ਹੈਗਾ ਜੀ, ਉਹਨੂੰ ਠੋਕ ਦਿਓ, ਨੌਕਰੀ ਨੂੰ ਡਿਸਮਿਸ ਕਰ ਦਿਓ, ਤੇ ਜਿਹਦਾ ਇੱਥੇ ਮਗਰਲੇ ਪਾਸੇ ਦੋ ਮੈਂਬਰ ਖਲੋਤੇ ਆ ਉਹਨੇ ਜੋ ਵੀ ਕੀਤਾ ਹੋਵੇ। ਇੱਥੇ ਮੈਨੂੰ ਯਾਦ ਆ ਇੱਕ ਮੈਨੇਜਰ ਸੀਗਾ ਜੀ, ਉਹਦਾ ਨਾਮ ਲਵਨ ਸਰਮੋਦੀ ਲੈਣ ਲੱਗਿਆ ਨਾਮ ਜੀ, ਉਹਦਾ ਭਰਾ ਮੈਂਬਰ ਸੀਗਾ, ਤੇ ਜਹੇਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਸੀਗੇ। ਉਹ ਇਹੋ ਜਿਹਾ ਬੰਦਾ ਸੀ, ਸਾਲ ਤੋਂ 6 ਮਹੀਨੇ ਸਸਪੈਂਡ ਹੀ ਰਹਿੰਦਾ ਸੀ, ਕੋਈ ਨਾ ਕੋਈ ਰੈਫਰੀ ਕਰ ਲੈਂਦਾ ਸੀ, ਤੇ ਜਦੋਂ ਨਵੰਬਰ ਚ ਚੋਣ ਆਉਂਦੀ ਉਸ ਬਹਾਲ ਹੋ ਜਾਂਦਾ ਸੀ। 11,000 ਦੀ ਹੇਰਾਫੇਰੀ ਕੀਤੀ ਤੇ ਜਹੇਦਾਰ ਗੁਰਚਰਨ ਸਿੰਘ ਚੌੜਾ ਨੇ ਵੋਟ ਦੀ ਖਾਤਰ 1100 ਰੁਪਏ ਜੁਰਮਾਨਾ ਪਾ ਕੇ ਬੰਦ ਕਰ ਦਿੱਤਾ। ਦੱਸੋ ਕੀ ਕਰਾਂਗੇ? ਇਸ ਕਰਕੇ ਮੈਂ ਸੋਚਦਾ ਵੀ ਆਹ ਜਿਹੜਾ ਚੋਰ ਸੀਗਾ ਇਹਨਾਂ ਨਾਲ ਤੇ ਇਹ ਚੰਗਾ ਘੱਟੋ ਘੱਟ ਜੁੱਤੀ ਲਾਈ ਆ, ਸਿਰ ਢੱਕਿਆ, ਚਲੋ ਮੂੰਹ ਢੱਕ ਲਿਆ ਮੇਰੀ ਪਛਾਣ ਨਾ ਹੋਵੇ, ਅੰਦਰ ਗਿਆ ਵਾ, ਕੋਈ ਬੇਅਦਬੀ ਨੀ ਕੀਤੀ ਕਿਸੇ ਪ੍ਰਕਾਰ ਦੀ, ਜਾ ਕੇ ਮੱਥਾ ਟੇਕਿਆ, ਮੱਥਾ ਟੇਕ ਕੇ ਮੁੜ ਕੇ ਗੋਲਕ ਤੇ ਤੋੜੀ ਆ ਤੇ ਪੈਸੇ ਕੱਢ ਕੇ ਲੈ ਗਏ। ਉਹ ਤੁਹਾਡੇ ਨਾਲ ਤਾਂ ਕਿਰਦਾਰ, ਤੁਹਾਡੇ ਨਾਲ ਤਾਂ ਕਿਰਦਾਰ ਚੰਗਾ ਹੈ, ਠੀਕ ਹੈ ਨਾ? ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਇਹ ਰੱਖਦੇ ਨੇ, ਵਾਕਿਆ ਤੁਹਾਡੀ ਗੱਲ ਠੀਕ ਹੈ, ਜਦੋਂ ਗਿਣਤੀ ਹੁੰਦੀ ਹੈ ਨਾ ਉੱਥੇ ਇੱਕ ਇਹਨਾਂ ਦਾ 70 ਬੈਠਾ ਹੁੰਦਾ, ਉੱਥੇ ਮੈਨੇਜਰ 2-3 ਬੈਠੇ ਹੁੰਦੇ, ਸੁਪਰਵਾਈਜ਼ ਬੈਠੇ ਹੁੰਦੇ, ਜਿਹੜੇ ਹੈਗੇ ਨਖ ਲੈਂਦੇ ਆਪਣੇ ਲਾਜ਼ਮੋ ਗਿਣਦੇ ਹੁੰਦੇ, ਉਹਨਾਂ ਦੀ ਡਿਊਟੀ ਸਵੇਰੇ ਹੁੰਦੀ ਵੀ 9 ਵਜੇ ਤੋਂ ਲੈ ਕੇ 1 ਵਜੇ ਤੱਕ ਡਿਊਟੀ ਹੁੰਦੀ, ਉਹਨਾਂ ਨੇ ਇੰਨੀ ਡਿਊਟੀ ਕਰਕੇ ਮੁੜ ਕੇ ਚਲੇ ਜਾਣਾ ਹੁੰਦਾ, ਉਦੋਂ ਵੀ ਰੈਫਰੀ ਹੁੰਦੀਆਂ ਨੇ, ਕਿੱਥੇ ਨੀ ਹੁੰਦੀਆਂ,
ਇਸ ਕਰਕੇ ਇਹ ਜਿਹੜਾ ਮਾਮਲਾ ਵਾ ਇਹ ਤੁਸੀਂ ਟੱਕਿਆ ਹੀ ਰਹਿਣ ਦੋ, ਬੜਾ ਕੁਛ ਹੁੰਦਾ। ਲੇਕਿਨ ਅਫਸੋਸ ਆ, ਅਸੀਂ ਫਿਰ ਬੇਨਤੀ ਕਰਦੇ ਹਾਂ SEPC ਨੂੰ, ਜਿਹਨਾਂ ਚਾਰ ਮੁਲਾਜ਼ਮਾਂ ਦੀ ਸਿਰਫ ਇਸ ਕਰਕੇ ਬਦਲੀ ਕਰ ਦਿੱਤੀ ਆ ਵੀ ਤਰਨਜੀਤ ਸਿੰਘ ਸੰਧੂ ਨੂੰ ਉਹਨਾਂ ਨੇ ਘਰ ਆਇਆ ਉਹਨਾਂ ਚਾਹ ਪਿਆਤੀ ਤੇ ਕੀ ਗੁਨਾਹ ਕਰਤਾ, ਉਹਨਾਂ ਦੀ ਬਦਲੀ ਰੋਕ ਕੇ ਵਾਪਸ ਲੈ, ਉਹਨਾਂ ਨੂੰ ਗੁਨਾਹ ਨਹੀਂ ਕੀਤਾ ਗਿਆ। ਘਰੇ ਕੌਣ ਤੇ ਕਹਿੰਦੇ ਉਧਰ ਕਿਸਾਨਾਂ ਤੇ ਰੇਲ ਗੱਡੀ ਚੜਾਉਣ ਲੱਗੇ ਸੀ ਕਹਿੰਦੇ। ਸ਼ੰਭੂ ਰੇਲਵੇ ਸ਼ੰਭੂ ਸਟੇਸ਼ਨ ਦੇ ਉੱਤੇ ਬਕਾਇਦਾ ਤੌਰ ਤੇ ਸਾਧਨ ਹੋ ਗਿਆ ਜੀ, ਅਜੇ ਤੱਕ ਉੱਥੇ ਬੈਠੇ ਨੇ ਕਿਸਾਨ। ਮਾਮਲਾ ਕੋਈ ਵੱਡਾ ਨਹੀਂ ਜੀ, ਲੇਕਿਨ ਕੱਲ ਜੀਂਦ ਦੇ ਵਿੱਚ ਜਿਸ ਤਰੀਕੇ ਨਾਲ ਟ੍ਰੈਫਿਕ, ਕਿਉਂਕਿ ਝੀਤਾਂ ਬੰਦ ਕਰਤੀਆਂ ਇਹਨਾਂ ਨੇ, ਉਹਨਾਂ ਦੇ ਕਿਸਾਨਾਂ ਨੇ ਉੱਥੇ ਸਰਕਾਰ ਦੀਆਂ, ਤੇ ਉੱਥੇ ਫਿਰ ਉਹਨਾਂ ਨੂੰ ਕਹਿਣਾ ਪਿਆ ਵੀ ਸਾਨੂੰ 26 ਤਰੀਕ ਦਾ ਟਾਈਮ ਦਿਓ। ਅੱਛਾ ਜੀ, 26-27 ਤਰੀਕ ਤੱਕ ਅਸੀਂ ਉਹਨਾਂ ਬੰਦਿਆਂ ਨੂੰ ਕੁਛ ਕਰ ਦਿਆਂਗੇ। ਕਿਸਾਨ ਕਹਿੰਦੇ ਠੀਕ ਆ, ਤੁਹਾਨੂੰ ਟਾਈਮ ਦਿੱਤਾ, ਜੇ ਨਾ ਕੀਤਾ ਤੇ ਫਿਰ ਉਹ ਤੋਂ ਵੱਧ ਅਸੀਂ ਰੋਕਾਂਗੇ ਜੋ ਸਭ ਕੁਛ ਜੋ ਵੀ। ਇੱਧਰ ਸ਼ੰਭੂ ਰੇਲਵੇ ਸਟੇਸ਼ਨ ਤੇ ਜਿਹੜੀ ਰੇਲ ਆ, ਰੇਲ ਦੇ ਵਿੱਚ ਫਤਿਹ ਗੱਦੇ ਲਾ ਕੇ ਜਿਹੜੇ ਸੀ ਕਿਸਾਨ ਬੈਠੇ ਜੀ, ਅਚਾਨਕ ਗੱਡੀ ਆਉਂਦੀ ਹੈ, ਗੱਡੀ ਦੂਰੀ ਹੁੰਦੀ ਬਸ। ਅੱਛਾ ਜੀ, ਬਾਲੀ ਨੇੜੇ ਨਹੀਂ, ਤੇ ਕਿਸਾਨਾਂ ਚ ਖਲਬਲੀ ਮਚ ਜਾਂਦੀ ਵੀ ਗੱਡੀ ਕਿਵੇਂ ਇੱਥੇ ਆ ਗਈ ਬੈਠੇ ਇੱਥੇ। ਉਹ ਕਹਿੰਦੇ ਕੋਈ ਗੱਲ ਨੀ ਯਾਰ, ਪੈ ਜਾਓ ਲੰਮੇ ਤੁਸੀਂ ਇੱਥੇ, ਸਾਖਾ 50 ਬਣ ਦਿਓ, ਕੋਈ ਗੱਲ ਜੀ, ਵੇਖੀ ਜੋ ਗੱਡੀ ਅੱਗੇ ਨੀ ਆਉਂਦੀ। ਉਹ ਫਿਰ ਬਕਾਇਦਾ ਤੌਰ ਤੇ ਰੇਲਵੇ ਸਟੇਸ਼ਨ ਮਾਸਟਰ ਨੂੰ ਪੁੱਛਦੇ ਵੀ ਗੱਡੀ ਕਿਵੇਂ ਇੱਥੇ ਆ ਗਈ, ਤੁਹਾਨੂੰ ਪਤਾ ਤਾਂ ਕਿਸਾਨ ਬੈਠੇ ਅੱਗੇ। ਇਹਨੇ ਅੱਗੇ ਅਸੀਂ ਬੈਠੇ ਤੇ ਤੁਸੀਂ ਲੈਣ ਦੀ ਸੀ ਆਪਣੀ ਉਹ ਮਾਲ ਟ੍ਰੇਨ ਲੈਣ ਦੀ ਸੀ, ਚਲੋ ਪਿੱਛੇ ਰੋਕ ਕੇ ਤੁਸੀਂ ਵਾਪਸ ਕਰ ਦਿੱਤੀ, ਕਹਿੰਦੇ ਉਹ ਵੀ ਗਲਤੀ ਨਾਲ ਆ ਗਈ, ਕਹਿੰਦੇ ਆਹ ਕਿਵੇਂ ਆ ਗਈ। ਫਿਰ ਉਹਨਾਂ ਨੇ ਸਪਸ਼ਟ ਕੀਤਾ ਵੀ ਇਹ ਗੱਡੀ ਸਿਰਫ ਚੈਕਿੰਗ ਵਾਸਤੇ ਆਈ ਆ, ਰੇਲ ਦੀ ਪਟੜੀ ਚੈੱਕ ਕਰਨ ਵਾਸਤੇ ਆਈ ਹੈ, ਥਾਂ ਥਾਂ ਤੇ ਚੈੱਕ ਕਰਦੇ ਨੇ, ਅੱਛਾ ਰੁਕ ਰੁਕ ਕੇ ਚੈੱਕ ਕਰਦੇ, ਇਸ ਤੋਂ ਅੱਗੇ ਨੀ ਆਏਗੀ ਜਿੱਥੇ ਆ ਖੜੀ ਆ। ਤੇ ਇਸ ਕਰਕੇ ਕਿਸਾਨਾਂ ਨੇ ਦੱਸਿਆ ਚਲੋ ਫਿਰ ਠੀਕ ਹੈ ਜੇ ਗੱਲ, ਪਰ ਤੁਸੀਂ ਹੁਣ ਚੈਕਿੰਗ ਕਰਦੇ ਤਾਂ ਹੁਣੀ ਟਾਈਮ ਮਿਲਿਆ। ਅੱਜ ਵੀ ਕਿਸਾਨਾਂ ਨੇ ਬਕਾਇਦਾ ਤੌਰ ਤੇ ਇੱਕ ਕਾਲ ਦਿੱਤੀ ਸੀ 5 ਪ੍ਰਧਾਨ ਮੰਤਰੀ ਨੂੰ, ਨਰਿੰਦਰ ਮੋਦੀ ਜੀ ਨੂੰ, ਗ੍ਰਹਿ ਮੰਤਰੀ ਜੀ ਨੂੰ, ਬਕਾਇਦਾ ਤੌਰ ਤੇ ਸਾਡੇ ਜਿਹੜੇ ਅਮਿਤ ਸ਼ਾਹ ਜੀ ਨੇ, ਅਰਜਨ ਮੁੰਡਾ ਜਿਹੜੇ ਖੇਤੀਬਾੜੀ ਮੰਤਰੀ ਨੇ, JP ਨੱਡਾ ਜਿਹੜੇ ਪ੍ਰਧਾਨ ਨੇ ਜੀ, ਤੇ ਪੰਜਾਬ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ੍ਰੀ ਜਾਖੜ, ਇਹਨਾਂ ਨੂੰ ਕਿਹਾ ਸੀ ਵੀ ਆਓ ਸਾਡੇ ਨਾਲ ਕੇ ਬਹਿਸ ਕਰੋ, ਤੁਸੀਂ ਕਹਿੰਦੇ ਬਹਿਸ ਕਰ ਲਓ, ਸਾਡੇ ਬਹਿਸ ਕਰ ਲਓ ਵੀ ਕਿਸਾਨਾਂ ਨੇ ਕੀਤਾ ਹੁਣ ਤੱਕ ਕੀ। ਕਿਸਾਨ ਭਵਨ ਦੇ ਵਿੱਚ 3 ਵਜੇ ਤੱਕ ਕਿਸਾਨ ਬੈਠੇ ਗਏ, ਉਹਨਾਂ ਨੇ ਬਕਾਇਦਾ ਤੌਰ ਤੇ ਜਿਸ ਤਰੀਕੇ ਨਾਲ ਆਪਾਂ ਰਾਂਚੀ ਦੀ ਗੱਲ ਕੀਤੀ ਸੀ ਨਾ, ਰਾਂਚੀ ਦੇ ਵਿੱਚ ਕੀ ਹੋਇਆ, ਰਾਂਚੀ ਦੇ ਵਿੱਚ ਜਿਹੜੀ ਬਕਾਇਦਾ ਤੌਰ ਤੇ ਵਿਰੋਧੀ ਧਿਰ ਨੇ ਇੱਕ ਵੱਡੀ ਰੈਲੀ ਕੀਤੀ ਆ ਜੀ, ਉਸ ਰੈਲੀ ਦੇ ਵਿੱਚ 2 ਸੀਟਾਂ ਖਾਲੀ ਰੱਖੀਆਂ ਗਈਆਂ, ਉਹਨਾਂ ਦੇ ਫੋਟੋ ਰੱਖੀਆਂ ਗਈਆਂ ਸੀ, ਇੱਕ ਤੇ ਕੇਜਰੀਵਾਲ ਦੀ ਤੇ ਇੱਕ ਹਿੰਮਤ ਸੋਰੇਨ ਦੀ। ਉਹ ਦੋਵੇਂ ਬੀਬੀਆਂ ਬੜਾ ਠੋਕ ਵਜਾ ਕੇ ਬੋਲੀਆਂ, ਕਲਪਨਾ ਸੋਰੇਨ ਤੇ ਸੁਨੀਤਾ ਕੇਜਰੀਵਾਲ। ਸੁਨੀਤਾ ਕੇਜਰੀਵਾਲ ਦੇਖੋ ਕਹਿਤਾ ਵੀ ਮੇਰੇ ਘਰ ਵਾਲੇ ਨੂੰ ਜਿਹੜੀਆਂ ਇਹ ਮਰਵਾਉਣਾ ਚਾਹੁੰਦੇ ਨੇ ਜੀ, ਚਲੋ ਠੀਕ ਹੈ। ਇਸੇ ਤਰ੍ਹਾਂ ਕਿਸਾਨਾਂ ਨੇ ਅੱਜ ਫੋਟੋਆਂ ਲਾਤੀਆਂ 5 ਕੁਰਸੀਆਂ ਤੇ ਵੀ ਆਹ ਕੁਰਸੀਆਂ ਢਾਡੀਆਂ ਰਿਜ਼ਰਵ ਰੱਖੀਆਂ, 5 ਬੰਦੇ ਆਓ ਬਹਿਸ ਕਰ ਲਓ, ਤੁਸੀਂ ਕਿਸਾਨਾਂ ਦਾ ਕੀਤਾ ਕੀ, ਤੁਸੀਂ ਸਟੇਜਾਂ ਤੇ ਬੜੀ ਖਲੋ ਖਲੋ ਕੇ ਚੀਕਾਂ ਮਾਰਦੇ ਹੋ, ਤੁਸੀਂ ਕਿਸਾਨਾਂ ਵਾਸਤੇ ਇਜਾ ਕਰਤਾ, ਇਜਾ ਕਰਤਾ ਕੀਤਾ ਸਾਡੇ ਵਾਸਤੇ ਕੀ ਆ, ਸਵਾਏ ਸਾਢੇ 700 ਕਿਸਾਨ ਤੁਸੀਂ ਦਿੱਲੀ ਮਾਰਤੇ ਜੀ, 15 ਇੱਥੇ ਮਾਰਤੇ ਖਲੋਰੀ ਤੇ ਸ਼ੰਭੂ, ਅਜੇ ਤੁਸੀਂ ਕੀ ਕੀਤਾ ਦੱਸੋ, ਦੱਸ ਕੀ ਕੀਤਾ, ਸਾਡੀ ਵੈਲਫੇਅਰ ਵਾਸਤੇ ਕੀ ਕੀਤਾ ਤੁਸੀਂ, ਲੇਕਿਨ ਕੋਈ ਨੀ ਵਰਤਿਆ ਜੀ। ਇਸ ਕਰਕੇ ਕਿਸਾਨ ਆਪਣੀ ਜਗ੍ਹਾ ਠੀਕ ਨੇ, ਤੇ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਗੁੰਮਰਾਹ ਕਰਨਾ, ਉਹ ਸਰਕਾਰਾਂ ਨੀ ਹੈਗੀਆਂ ਜੀ,
ਜਿਹੜੀਆਂ ਕਿਸੇ ਸਿਧਾਂਤ ਦੇ ਉੱਤੇ ਨਿਜ਼ਮ ਦੇ ਉੱਤੇ ਕਿਤੇ ਮਰਿਆਦਾ ਦੇ ਖੜਨ ਵਾਲੀਆਂ ਹੁੰਦੀਆਂ ਸੀ। ਅੱਜ ਪੰਜਾਬ ਦੀ ਹਾਲਤ ਤੁਸੀਂ ਵੇਖ ਲਓ, ਪੰਜਾਬ ਚ ਕੋਈ ਪਾਰਟੀ ਵਿਖਾਈ ਨੀ ਦੇ ਰਹੀ, ਕਿਤੇ ਸਾਫ਼ ਸੁਥਰੀ ਵਿਖਾਈ ਹੈਗੀ ਕੋਈ? ਇਹ ਆਪੀ ਪਲੇਅਰ ਜ਼ਰੂਰ ਹੈਗੇ ਆ, ਪਤਾ ਨੀ ਉਹਨੇ ਕਿਧਰ ਨੂੰ ਤੁਲ ਮਾਰ ਦੇਣਾ ਤੇ ਗੋਲ ਹੋ ਜਾਣੇ, ਪਤਾ ਕੋਈ ਇਹ ਨੀ ਪਤਾ ਕਿਤੇ ਕਰ ਦੇਣਾ ਗੋਲ। ਜਲੰਧਰ ਦੇ ਵਿੱਚ ਹੀ ਸਿਰਫ ਚਾਰ ਪੰਜ ਉਮੀਦਵਾਰਾਂ ਵਿੱਚੋਂ ਸਿਰਫ ਇੱਕ ਉਮੀਦਵਾਰ ਆ ਜਿਹੜਾ ਪਾਰਟੀ ਦਾ ਉਮੀਦਵਾਰ, ਚਰਨਜੀਤ ਸਿੰਘ ਚੰਨੀ, ਤੇ ਬਾਕੀ ਸਾਰੇ ਇੱਧਰ ਉੱਧਰੋਂ ਆਏ ਨੇ, ਕੋਈ ਇੱਧਰੋਂ ਆਇਆ, ਕੋਈ ਕਾਂਗਰਸ ਤੋਂ ਆਇਆ, ਪੰਜਾਬ ਤੋਂ ਆਇਆ, ਪੰਜਾਬ ਚਲੇ ਗਏ, ਅਕਾਲੀ ਦਲ ਤੋਂ, ਸਾਰੇ ਇੱਧਰ ਖੜੇ ਕੀਤੇ ਜੀ। ਮਤਲਬ ਪਹਿਲੀ ਵਾਰ ਵੇਖੀ ਵੀ ਸਿਆਸਤ ਦੇ ਵਿੱਚ ਇੰਨੀ ਕੀ ਸਿਆਸਤ ਗਰਕ ਗਈ ਹੈ, ਖਤਮ ਹੋ ਗਈ ਸਿਆਸਤ, ਕੁਰਸੀ ਦਾ ਜੁੰਦ ਰਹਿ ਗਿਆ, ਬਸ ਕੁਰਸੀ ਕਿਵੇਂ ਲੈਣੀ ਜੀ। ਹਾਂਜੀ ਮਨੋਹਰ ਸਿੰਘ ਜੀ, ਸਤਿ ਸ੍ਰੀ ਅਕਾਲ। ਹੈਲੋ ਮਨੋਹਰ ਸਿੰਘ ਜੀ, ਹੈਲੋ ਹੈਲੋ, ਆ ਗਈ ਜੀ, ਆ ਗਈ। ਪੱਟੀ ਸਾਹਿਬ ਤੇ ਜਾਨੇਵਾਲੀਆ ਸਾਹਿਬ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਇਹ ਸਾਡਾ ਪਰਿਵਾਰਕ ਰੇਡੀਓ ਆ, ਬਹੁਤ ਦੂਰ ਤੱਕ ਸੁਣਿਆ ਜਾਂਦਾ ਜੀ ਜੀ। ਜਿਹੜੀ ਰੇਲ ਗੱਡੀ ਇਹਨਾਂ ਨੇ ਇੱਥੇ ਲਿਆਂਦੀ ਆ ਨਾ, ਇਹ ਗਲਤ ਲਿਆਂਦੀ ਆ, ਕਿਉਂਕਿ ਰੇਲ ਗੱਡੀ ਦੀ ਪਟੜੀ ਚੈੱਕ ਕਰਨ ਵਾਸਤੇ ਇੱਕ ਸਪੈਸ਼ਲ ਤਰ੍ਹਾਂ ਦਾ ਵਹੀਕਲ ਬਣਾਇਆ ਜਾਂਦਾ ਜਿਹੜਾ ਛੋਟਾ ਹੁੰਦਾ, ਤਾਂ ਕਿ ਜੇ ਉਹਦੇ ਵਿੱਚ ਚਾਰ ਇੰਪਲੋਈ ਹੁੰਦੇ ਆ ਔਰ ਉਹ ਛੋਟਾ ਹੁੰਦਾ ਆ, ਕਿ ਜੇ ਪਟੜੀ ਖਰਾਬ ਹੋਵੇ ਤੇ ਨੁਕਸਾਨ ਘੱਟ ਤੋਂ ਘੱਟ ਹੋਵੇ। ਕਦੀ ਪੂਰੀ ਰੇਲ ਗੱਡੀ ਚਲਾ ਕੇ ਪਟੜੀ ਕਦੀ ਵੀ ਨੀ ਚੈੱਕ ਕੀਤੀ ਜਾਂਦੀ, ਇਹ ਸਿਰਫ ਇੰਨਾ ਹੀ ਦੱਸਣ ਵਾਸਤੇ ਕਾਲ ਕੀਤੀ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਬਿਲਕੁਲ ਜੀ, ਉਹ ਜਿਹੜਾ ਹੱਥ ਦੇ ਨਾਲ ਪਹਿਲਾਂ ਪੱਟੀ ਸਾਹਿਬ ਧੱਕਦੇ ਨੀ ਹੁੰਦੇ ਸੀ, ਹੁਣ ਉਹ ਇੱਕ ਸਿਲੰਡਰ ਵਾਲਾ ਇੰਜਨ ਫਿੱਟ ਕਰਤਾ ਉਹਦੇ ਚ। ਹਾਂਜੀ ਹਾਂਜੀ ਹਾਂਜੀ, ਆਹ ਚੀਜ਼ ਹੈ। ਸਗੋਂ ਗੱਲ ਬਾਈ ਜੀ ਦੀ ਵੀ ਠੀਕ ਹੈ ਵੀ ਗੱਡੀਆਂ, ਚਲੋ ਹੋ ਸਕਦਾ ਥੱਲੇ ਕੋਈ ਐਕਸਰੇ ਉਕਸਰੇ ਹੋਵੇ। ਕਹਿੰਦੇ ਆਪਾਂ ਗੱਲ ਕੀਤੀ ਸੀ, ਕਹਿੰਦੇ ਖੰਡੂਰ ਸਾਹਿਬ ਤੋਂ ਹੁਣ ਅਕਾਲੀ ਦਲ ਨੂੰ ਨਹੀਂ ਕੋਈ ਕੈਂਡੀਡੇਟ ਲੱਭ ਰਿਹਾ। ਬੀਬੀ ਕਹਿੰਦੇ ਜਗੀਰ ਕੌਰ ਵੀ ਜਵਾਬ ਦੇਗੀ, ਤੇ ਆਪਣੇ ਮਜੀਠਾ ਸਾਹਿਬ ਲੜਨੀ ਫੜਾ ਰਹੇ ਕਹਿੰਦੇ। ਦੇਖੋ ਮਜੀਠਾ ਸਾਹਿਬ ਨਾਲ ਗੱਲ ਕਿਸੇ ਦੀ ਹੋਈ ਸੀ, ਕਹਿੰਦੇ ਜੀ ਮੈਂ ਲੜਨੀ ਤਿਆਰ ਹਾਂ ਜੇ ਕਿਤੇ ਮੈਨੂੰ ਟਿਕਟ ਮਿਲ ਜਾਵੇ। ਅੱਛਾ ਜੀ, ਲੇਕਿਨ ਇੱਕ ਅਖਬਾਰ ਨੇ ਬਿਆਨ ਛਾਪਿਆ ਸੀ ਵੀ ਮਜੀਠਾ ਸਾਹਿਬ ਤੇ ਬੀਬੀ ਜਗੀਰ ਕੌਰ ਨੇ ਮਨਾ ਕਰਤਾ ਤੇ ਅਸੀਂ ਚੋਣ ਨੀ ਲੜਨੀ। ਹੁਣ ਖੰਡੂਰ ਸਾਹਿਬ ਤੇ ਫਿਰੋਜ਼ਪੁਰ ਜੀ, ਤਿੰਨ ਸੀਟਾਂ ਨੇ ਜਿੱਥੋਂ ਅਕਾਲੀ ਉਮੀਦਵਾਰਾਂ ਦੀ ਕੋਈ ਆਸ ਬਚ ਸਕਦੀ ਹੈ। ਫਿਰੋਜ਼ਪੁਰ ਤਾਂ ਆ ਗਿਆ ਜੀ, ਜੋਰਾ ਸਿੰਘ ਮਾਨ ਦੇ ਬੇਟੇ ਨੂੰ ਆ ਗਿਆ। ਦੋ ਜਗ੍ਹਾ ਆ ਗਏ, ਇੱਕ ਜਗ੍ਹਾ ਬਾਕੀ ਖੰਡੂਰ ਸਾਹਿਬ। ਖੰਡੂਰ ਸਾਹਿਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਲਿਆ ਕਿਸੇ ਨੇ ਜੀ, ਵੇਖੋ ਬਾਦਲ ਸਾਹਿਬ ਆਪਾਂ ਇੱਥੇ ਤੁਸੀਂ ਆਪਣੇ ਸਾਲੇ ਨੂੰ ਸੀਟ ਦਿਓਗੇ, ਪਰਵੇਨ ਦਿਓਗੇ? ਉਹ ਵੀ ਧਰਮ ਸੰਕਟ ਦੇ ਵਿੱਚ, ਜੇ ਸਾਲੇ ਲੈ ਲੈਗੇ ਤੇ ਪਰਵੇਨ ਨਾਰਾਜ਼ ਨਾ ਹੋ ਜੇ, ਭੈਣ ਨਾਰਾਜ਼ ਨਾ ਹੋ ਜੇ, ਇੱਕ ਇਲਾਕਾ ਉਹਨਾਂ ਦਾ ਪੈਂਦਾ ਨਾ, ਸੀ ਇਲਾਕਾ ਭੈਣ ਤੇ ਭਣਵੀਰ ਦਾ ਪੈਂਦਾ ਵਾ, ਤੇ ਭੈਣ ਬਾਰੇ ਪਹਿਲਾਂ ਕਈ ਵਾਰੀ ਚਰਚਾ ਵੀ ਹੋਈ ਆ ਜੀ, ਉਹ ਫਲਾਣੀ ਸੀਟ ਲੜੇਗੀ, ਢਿੰਗਣੀ ਸੀਟ ਲੱਗੀ, ਲੇਕਿਨ ਐਤਕੀ ਖਾਮੋਸ਼ ਨੇ, ਐਤਕੀ ਕਿਤੇ ਕੋਈ ਨਾਂ ਨੀ ਆਇਆ। ਹੁਣ ਤੁਹਾਨੂੰ ਪਤਾ ਹੋਏਗਾ ਇਸ ਸੀਟ ਦੇ ਉੱਤੇ ਬਕਾਇਦਾ ਤੌਰ ਤੇ ਭਾਈ ਮਨਜੀਤ ਸਿੰਘ ਜੀ, ਉਹਨੇ ਕਿਹਾ ਸੀ ਫੈਡਰੇਸ਼ਨ ਦੇ ਪ੍ਰਧਾਨ ਰਹੇ ਆ, ਕਰਨੈਲ ਸਿੰਘ ਪੀਰ ਮੁਹੰਮਦ ਜੀ, ਵਿਰਸਾ ਸਿੰਘ ਬਲਟੋਆ, ਇਹਨਾਂ ਨੇ ਵੀ ਆਪਣਾ ਦਾਵਾ ਠੋਕਿਆ ਸੀ ਵੀ ਸਾਨੂੰ ਟਿਕਟ ਦਿੱਤੀ ਜਾਵੇ। ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੀ ਆ ਉਹ ਮੈਨੇਜਮੈਂਟ ਬਹੁਤ ਵਧੀਆ ਕਰ ਲੈਂਦੇ ਆ, ਲੇਕਿਨ ਜਦੋਂ ਪੋਲੀਟੀਕਲ ਤੌਰ ਤੇ ਆਉਂਦੇ ਉੱਥੇ ਆ ਕੇ ਮਾਰ ਖਾ ਜਾਂਦੇ ਆ।
ਹੁਣ ਇਹਦੇ ਵਿੱਚ ਹੁਣ ਤਸਵੀਰ ਜਿਹੜੀ ਆ ਬਿਕਰਮ ਮਜੀਠੀਆ ਨੂੰ ਉਹ ਕਹਿੰਦਾ ਹੁਣ ਦੇ ਸੀ ਲੜ ਲੂੰਗਾ, ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲੇ ਕਹਿੰਦੇ ਭਾਈ ਜੇ ਤੂੰ ਇਹ ਸੀਟ ਲੜਨ ਬਹਿ ਗਿਓ ਤੇ ਫਿਰ ਬਠਿੰਡੇ ਦਾ ਇੰਚਾਰਜ ਕੌਣ ਬਣੂਗਾ? ਇਹਦੇ ਤੇ ਕੋਈ ਸ਼ੱਕ ਵਾਲੀ ਨੀ, ਜਿਹੜਾ ਮਜੀਠੀਆ ਮਿਹਨਤੀ ਬਹੁਤ, ਬਿਲਕੁਲ ਬਿਲਕੁਲ ਮਿਹਨਤ ਬਹੁਤ ਕਰਨੀ ਜਾਣਦਾ, ਫਿਰ ਮਾੜਾ ਮੋਟਾ ਨੌਜਵਾਨ ਚ ਨਾਂ ਵੀ ਉਹਦਾ ਹੈਗਾ, ਕੋਈ ਦੋ ਰਾਵਾਂ ਜਿੱਥੇ ਹੈਗੀ। ਇਸ ਕਰਕੇ ਹਾਲ ਦੀ ਘੜੀ ਪੈਂਡਿੰਗ, ਲੇਕਿਨ ਕਿਸੇ ਪੱਤਰਕਾਰ ਨਾਲ ਗੱਲ ਹੋਈ ਸੀ, ਉਹਨਾਂ ਕਿਹਾ ਜੀ ਮੈਂ ਲੜਨ ਵਾਸਤੇ ਆ, ਜੇ ਮੈਨੂੰ ਪਾਰਟੀ ਟਿਕਟ ਦੇ ਦੇਵੇਗੀ ਤੇ ਮੈਂ ਸੀਟ ਲੜ ਲੂੰਗਾ ਜੀ। ਤੁਹਾਨੂੰ ਪਤਾ ਹੋਏਗਾ 2009 ਦੇ ਵਿੱਚ ਰਾਣਾ ਗੁਰਜੀਤ ਸਿੰਘ ਬੜੀ ਸ਼ਿੱਦਤ ਨਾਲ ਇੱਥੇ ਆਇਆ ਸੀ ਤੇ ਮੈਂ ਤਾਂ ਸੀਟ ਕੱਢੀ ਕੱਢੀ, ਮੇਰੇ ਕੀ ਕਿਹੜਾ ਹਰਜੂਗਾ ਜੀ, ਤੇ ਡਾਕਟਰ ਰਤਨ ਸਿੰਘ ਨੇ ਇਹਨੂੰ ਹਰਾਤਾ ਸੀ। ਉਦੋਂ 1970 ਤੋਂ ਲੈ ਕੇ ਅੱਜ ਤੱਕ ਦੋ ਮੌਕੇ ਆਏ ਨੇ, ਸਿਰਫ ਦੋ ਮੌਕੇ ਜੀ। ਇੱਕ ਮੌਕਾ ਆਇਆ ਸੀ 1992 ਦਾ, ਜਦੋਂ ਇਲੈਕਸ਼ਨ ਹੋਈ ਹੈ ਤੇ ਅਕਾਲੀਆਂ ਦਾ ਬਾਈਕਾਟ ਸੀ, ਉਦੋਂ ਸੁਰਿੰਦਰ ਸਿੰਘ ਕੈਰੋਂ ਸੀਟ ਜਿੱਤ ਗਿਆ। ਤੇ 1996 ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਆ ਜੀ, ਤੇ ਸੁਰਿੰਦਰ ਸਿੰਘ ਕੈਰੋਂ ਨੂੰ ਇੰਨੀ ਗੱਲ ਕਹੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਤੂੰ ਦੱਸ ਕਿਹੜਾ ਮਾੜੇ ਤੋਂ ਮਾੜਾ ਉਮੀਦਵਾਰ ਹੈਗਾ ਜੇ ਮੈਂ ਖੜਾ ਕਰਾਂ ਤੂੰ ਚੋਣ ਜਿੱਤ ਜਾ। ਅੱਛਾ ਜੀ, ਪਰਿਵਾਰ ਤੇ ਪਾਲਦੇ ਰਹੇ ਨੇ, ਬਾਅਦ ਚ ਪਾਲਦੇ ਰਹੇ, ਅੱਜ ਵੀ ਪਾਲਦੇ ਨੇ। ਬਿਲਕੁਲ, ਉਹਨੇ ਕਿਹਾ ਸੀ ਮੇਜਰ ਸਿੰਘ ਉੱਬੂ ਕੋ ਖੜਾ ਕਰ ਦਿਓ, ਜਿਹਦਾ ਭਤੀਜਾ ਪਿੰਡ ਚ ਮੈਂਬਰ ਪੰਚਾਇਤ ਨਹੀਂ ਬਣ ਸਕਿਆ, ਉਹ ਮੈਨੂੰ ਕਿੱਥੋਂ ਹਰਾ ਦੂਗਾ? ਲੇਕਿਨ ਲੋਕਾਂ ਨੇ ਜਨਤਾ ਨਾ ਜੀ, ਇਹ ਜਨਤਾ ਬਣਾ ਦਿੱਤਾ ਸੀ, ਬਿਲਕੁਲ ਪਾਰਟੀ ਟਿਕਟ ਤੇ ਐਂਟੀ ਬਣਾ ਦਿੱਤਾ ਸੀ ਉਹਨੂੰ। ਤੇ ਕੈਰੋਂ ਨੂੰ ਕਿਹਾ ਸੀ ਭਾਈ ਅਸੀਂ ਤੇਰੀ ਆਖੀ ਮੰਨ ਲਈ, ਤੂੰ ਨਹੀਂ ਜਿੱਤ ਗਿਆ, ਅਸੀਂ ਕਰ ਸਕਦੇ ਹਾਂ। ਭਾਵੇਂ 2 ਸਾਲ ਹੀ ਰਿਹਾ ਸੀਗਾ, 96 ਫਿਰ ਚੋਣ ਹੋ ਗਈ ਸੀਗੀ। ਇਹ ਸੀਟ ਹੈਗੀ ਪੰਥਕ, ਜਾਂ ਪਿਛਲੀ ਵਾਰ ਜੋ ਡਿੰਪਾ ਆਇਆ ਵਾ ਜੀ, ਉਹ ਵੀ ਦੋ ਬੀਬੀਆਂ, ਬੀਬੀ ਜਗੀਰ ਕੌਰ ਤੇ ਸਰਦਾਰ ਜਿਹੜਾ ਹੈਗਾ ਸੀ ਜਸਵੰਤ ਸਿੰਘ ਖਾਲੜਾ, ਉਹਦੀ ਪਤਨੀ ਜਿਹੜੀ ਸੀ, ਦੋਵੇਂ ਸੀਟਾਂ ਲੜੀਆਂ ਸੀ ਤੇ 43% ਵੋਟ ਪਈ ਸੀ ਬਕਾਇਦਾ ਤੌਰ ਤੇ ਡਿੰਪੇ ਨੂੰ, ਤੇ ਦੋਵਾਂ ਬੀਬੀਆਂ ਨੂੰ 52% ਵੋਟ ਪਈ ਸੀ। ਜੇ ਦੋਵਾਂ ਚ ਇੱਕ ਹੁੰਦੀ ਤੇ ਆਰਾਮ ਨਾਲ ਸੀਟ ਕੱਢਦੀਆਂ ਜੀ, ਤੇ ਡਿੰਪਾ ਤੇ ਐਤਕੀ ਪਹਿਲੇ ਹੱਥ ਖੜੇ ਕਰ ਗਿਆ ਵੀ ਮੈਂ ਸੀਟ ਨਹੀਂ ਲੜਨੀ। ਆਸ ਇਹ ਕੀਤੀ ਜਾਂਦੀ ਸੀ ਕਿ ਉਹ ਰਾਣੇ ਨੇ ਫਿਰ ਬੜਕ ਮਾਰੀ ਸੀਗੀ ਜੀ, ਰਾਣੇ ਨੇ ਇੰਨੀ ਗੱਲ ਕਹੀ ਸੀ ਮੈਨੂੰ ਅਨੰਦਪੁਰ ਸਾਹਿਬ ਸੀਟ ਜਾਂ ਖਡੂਸਾ ਦੀ ਸੀਟ ਮੇਰੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਦਿਓ ਦੇ ਦਿਓ, ਕਿਉਂ ਗੱਲ ਵੀ ਠੀਕ ਆ। 2022 ਦੇ ਵਿੱਚ ਜਦੋਂ ਪੂਰੀ ਸੁਨਾਮੀ ਸੀਗੀ, ਉਸ ਸੁਨਾਮੀ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਸੁਲਤਾਨਪੁਰ ਲੋਧੀ ਤੋਂ ਚੋਣ ਲੜਦਾ ਵਾ ਰਾਣਾ ਇੰਦਰ ਪ੍ਰਤਾਪ ਸਿੰਘ, ਉਹ ਜਿੱਤ ਗਿਆ ਸੀ, ਤੇ ਉਹ ਜਿੱਤ ਗਿਆ ਸੀ 41,000 ਵੋਟ ਲੈ ਕੇ, ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੱਜਣ ਸਿੰਘ ਚੀਮਾ ਉਹ ਹਾਰ ਗਿਆ, ਤੇ ਜਿਹੜਾ ਕਾਂਗਰਸ ਦਾ ਜਿਹੜਾ ਸੀ ਉਮੀਦਵਾਰ ਉਹ 4th ਨੰਬਰ ਤੇ ਆਇਆ ਸੀ। ਹੁਣ ਚਲੋ ਹੋ ਗਿਆ, ਹੁਣ ਰਾਣੇ ਨੇ ਇੰਨੀ ਬੜਤ ਮਾਰੀ, ਰਾਣੇ ਹੁੰਦੇ ਆ, ਰਾਣੇ ਨੂੰ ਮੇਰੇ ਬੇਟੇ ਨੂੰ ਸੀਟ ਦੇ ਦਿਓ, ਜਿਹੜੀ ਮਰਜ਼ੀ ਦੇ ਦਿਓ, ਤੇ ਪਤਾ ਲੱਗਾ ਵਾ ਵੀ ਰਾਣੇ ਨੇ ਜਾ ਕੇ ਤੇ ਉਹਦੇ ਬੇਟੇ ਨੇ ਜਾ ਕੇ ਅਨੰਦਪੁਰ ਸਾਹਿਬ ਜਾ ਕੇ ਬਕਾਇਦਾ ਤੌਰ ਤੇ ਆਪਣੀ ਕੰਪੇਨ ਸ਼ੁਰੂ ਕਰ ਦਿੱਤੀ ਆ ਜੀ, ਤੇ ਟਕਸਾਲੀ ਕਾਂਗਰਸ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਵਾ। ਜਦੋਂ ਕਿ ਜਿਹੜੇ ਕੰਵਰਪਾਲ ਸਿੰਘ ਕੇਪੀ, ਜਿਹੜੇ ਕੇਪੀ ਸਨ, ਜਿਹੜੇ ਸਪੀਕਰ ਰਹੇ ਨੇ ਸਾਡੇ, ਇੱਕ ਉਹ ਬਲਬੀਰ ਸਿੰਘ ਸਿੱਧੂ, ਕੇਪੀ ਰਾਣਾ ਹੋਰੀ, ਹਾਂਜੀ ਕੇਪੀ ਰਾਣਾ ਕਹਿੰਦੇ ਜੀ ਨੂੰ, ਕੇਪੀ ਰਾਣਾ ਜੀ ਨੂੰ ਕਹਿੰਦੇ ਆ, ਤੇ ਬਕਾਇਦਾ ਤੌਰ ਤੇ ਅੰਗਦ ਸਿੰਘ ਜਿਹੜਾ ਐਕਸੀਡੈਂਟ ਹੋਇਆ ਫੱਟੜਿਆ ਜਿਹਾ ਮੁੰਡਾ ਸਾਬਕਾ MLA,
ਤਿੰਨ ਬੰਦੇ ਇਹ ਵੀ ਉਮੀਦਵਾਰ ਸਨ ਵੀ ਸਾਨੂੰ ਟਿਕਟ ਦਿੱਤੀ ਜਾਵੇ, ਲੇਕਿਨ ਜਿਸ ਤਰੀਕੇ ਨਾਲ ਜਾ ਕੇ ਰਾਣੇ ਨੇ ਉੱਥੇ ਆਪਣੀ ਕੰਪੇਨ ਸ਼ੁਰੂ ਕਰਤੀ ਆਨੰਦਪੁਰ ਸਾਹਿਬ, ਉਹ ਲੱਗਦਾ ਵਾ ਦੋ ਬੰਦੇ ਪਲੇਅਰ ਸਾਹਮਣੇ ਆਇਆ, ਇੱਕ ਤੇ ਚੰਦੂ ਮਾਜਰਾ ਸਾਹਿਬ ਆਏ ਨੇ ਉੱਥੇ, ਪ੍ਰੇਮ ਸਿੰਘ ਚੰਦੂ ਮਾਜਰਾ, ਜਿਨ੍ਹਾਂ ਨੇ 2014 ਚ ਇੱਕ ਸੀਟ ਜਿੱਤੀ ਸੀ, 2019 ਚ ਹਾਰ ਗਏ ਸੀ। ਇਸੇ ਤਰ੍ਹਾਂ ਮਾਲਵਿੰਦਰ ਸਿੰਘ ਕੰਗ, ਜਿਹੜੇ ਸਪੋਕਸ ਪਰਸਨ ਨੇ ਆਮ ਆਦਮੀ ਪਾਰਟੀ ਦੇ ਸਟੂਡੈਂਟ ਯੂਨੀਅਨ ਚੋਂ ਆਏ ਨੇ, ਉਹ ਉਮੀਦਵਾਰ ਨੇ। ਅਜੇ ਭਾਜਪਾ ਦਾ ਕੋਈ ਦਿਖਾਈ ਨਹੀਂ ਦਿੱਤਾ, ਲੇਕਿਨ ਕਾਂਗਰਸ ਦੀ ਜਿਹੜੀ ਕੰਪੇਨ ਜਾ ਕੇ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਬੇਟੇ ਨੂੰ ਉੱਥੇ ਕੰਪੇਨ ਆਪਣੀ ਸ਼ੁਰੂ ਕਰਤੀ ਆ, ਉਮੀਦ ਅਗਲੇ ਇੱਕ ਦੋ ਦਿਨ ਤੱਕ ਉਹਨਾਂ ਦੀ ਜਿਹੜੀ ਆ ਉਹ ਸੀਟ ਅਨਾਊਂਸ ਹੋ ਜਾਏਗੀ। ਲੇਕਿਨ ਇੱਥੇ ਕੋਈ ਨਾ ਕੋਈ ਉਮੀਦਵਾਰ ਅਜੇ ਨਾ ਕਾਂਗਰਸ ਨੂੰ ਮਿਲਿਆ ਵਾ ਤੇ ਨਾ ਅਕਾਲੀਆਂ ਨੂੰ ਮਿਲਿਆ ਵਾ। ਮਨਜੀਤ ਸਿੰਘ ਮੰਨਾ ਜਿਹੜਾ 3 ਵਾਰੀ MLA ਬਣਿਆ ਜੀ, ਉਹ ਬਕਾਇਦਾ ਤੌਰ ਤੇ ਪਿਛਲੇ ਸਾਲ ਜਿਹੜਾ ਸੀ ਉਹ ਭਾਜਪਾ ਸ਼ਾਮਿਲ ਹੋ ਗਿਆ ਸੀ, ਉਹਨੂੰ ਭਾਜਪਾ ਨੇ ਆਪਣਾ ਉਮੀਦਵਾਰ ਬਣਾ ਲਿਆ, ਉਹ ਵੀ ਪੰਥਕ ਉਮੀਦਵਾਰ ਆ, 3 ਵਾਰੀ MLA ਬਣਿਆ, ਕੋਈ 4 ਰਿਸ਼ਤੇਦਾਰ ਵਾਕਫ ਹੋਣਗੇ ਨਾ ਜੀ। ਤੇ ਬਾਕੀ ਵੇਖੋ ਹੁਣ ਕੀ ਬਣਦਾ ਆਉਣ ਵਾਲੇ ਦਿਨਾਂ ਚ। ਆਮ ਆਦਮੀ ਪਾਰਟੀ ਲਾਲਜੀਤ ਭੁੱਲਰ, ਜਿਹਨੇ ਉਹ ਆਪਣੇ ਰਾਮਗੜੀਆ ਭਾਈਚਾਰੇ ਤੇ ਸੁਨਾਰ ਭਾਈ ਨੇ ਵਿਗਾੜ ਕੇ ਜਿਹੜਾ ਸੀ ਆਪਣਾ ਜਿਹੜਾ ਸੀ ਪੱਠਾ ਭਾ ਲਿਆ, ਜਿੱਥੇ ਜਾਂਦਾ ਉੱਥੇ ਵਿਰੋਧ ਕਰ ਦਿੰਦੇ ਆ। ਅੱਜ ਜਾਣੇ ਵਾਲੀ ਸਿਰਫ ਇੱਕ ਗੱਲ ਮੈਨੂੰ ਬੜੀ ਮਾੜੀ ਲੱਗੀ ਜੀ, ਵੀ ਲਾਲਜੀਤ ਭੁੱਲਰ ਜਦੋਂ ਮੱਥਾ ਟੇਕਣ ਦਰਬਾਰ ਸਾਹਿਬ ਆਇਆ ਤੇ ਪ੍ਰਕਰਮਣ ਸਵਾਲ ਪੁੱਛਿਆ ਗਿਆ, ਮਾੜੀ ਗੱਲ ਹੈ, ਇਹ ਤਾਂ ਮਾੜੀ ਗੱਲ ਹੈ। ਇਹ ਮੈਂ ਸੋਚਦਾ SDP ਨੂੰ ਰੋਕਣਾ ਚਾਹੀਦਾ, ਭਾਈ ਇੱਥੇ ਇਹ ਸਵਾਲ ਨਾ ਕਰੋ, ਤੁਸੀਂ ਬਾਹਰ ਜਾਓ। ਲੋਕਾਂ ਨੇ ਤਮਾਸ਼ਾ ਜਿਹਾ ਬਣਾ ਲਿਆ ਜੀ, ਇਹ ਵੈਸੇ ਤਮਾਸ਼ਾ ਜਿਹਾ ਬਣਾ ਲਿਆ, ਜਿਹਦਾ ਜੀ ਕਰਦਾ ਜੀ ਨੂੰ ਆਪਦਾ ਉਹ ਵੇਖਦਾ ਨੀ ਮੈਂ ਕੀ ਹੈ, ਤੇ ਹਰੇਕ ਦੇ ਗੱਲ ਚ ਇੱਜ਼ਤਦਾਰ ਦੇ ਹੱਥ ਪਾਉਣ ਲੱਗ ਪੈਂਦੇ ਨੇ। ਠੀਕ ਆ, ਉਹਨੇ ਗੱਲ ਕਹੀ ਆ, ਤੂੰ ਬਾਹਰ ਚਲਾ ਜਾ, ਉੱਤੇ ਗੱਲ ਕਰ ਲੈ, ਜੇ ਤੈਨੂੰ ਗੁਰੂ ਮਹਾਰਾਜ ਦੀ ਗੁਰੂ ਘਰ ਦੀ ਮਰਿਆਦਾ ਨੀ ਪਤੀ, ਤੂੰ ਸਵਾਲ ਕੀ ਪੁੱਛਦਾ ਫਿਰ, ਤੂੰ ਤਾਂ ਉਦੋਂ ਵੀ ਮਾੜਾ ਹੋ ਗਿਆ, ਬਿਲਕੁਲ ਤੂੰ ਮਗਰ ਲੱਗਾ ਰਿਹਾ, ਜਦੋਂ ਬਾਹਰ ਕੀ ਕਹਿੰਦੇ ਜਾ ਵੜਨਗੇ ਉਹ ਪਲਾਜੇ ਚ, ਤੇ ਉੱਥੇ ਜੋ ਮਰਜ਼ੀ ਕਰੀ ਜਾਣ ਜੀ 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 ਹਾਂ ਜੀ। ਸੋ ਸ਼ੁਕਰੀਆ ਜੀ ਪੱਟੀ ਸਰ, ਮਿਹਰਬਾਨੀ, ਓਕੇ। ਇਹ ਸੰਸਦਾ ਜਸਵੀਰ ਸਿੰਘ ਪੱਟੀ ਹੋ ਰਹੀ, ਅਤੇ ਪ੍ਰੋਗਰਾਮ ਦੇ ਵਿੱਚ ਇੱਕ ਫਿਲਹਾਲ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। 15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ, ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ ਕਰੋ, ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW, ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ, ਮੰਨ ਲਓ 519-622-0660 519-622-0660 QTL, because we care. We track you. ਜੀ ਵਿਆਹੀ ਕੱਪੜਿਆਂ ਦੀ ਤੇ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜਵੈਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 Fort Avenue, South East, Kent।
ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ, ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2354। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ? ਰੀਫਰੈਸ਼ ਟਰੈਵਲ ਪਲਾਜ਼ਾ, TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ।